ਜਸਟੀ ਵੀ ਦੇਖ ਰਹੇ ਤੁਸੀਂ, ਮੈਂ KP ਸਿੰਘ, ਅੱਜ ਦਾ ਮੁੱਦਾ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਹੜੀਆਂ ਕੁਰਬਾਨੀਆਂ ਦੇ ਕੇ, ਬਲਿਦਾਨ ਦੇ ਕੇ ਇਤਿਹਾਸ ਦੇ ਵਿੱਚ ਜਿਹਨੇ ਆਪਣਾ ਨਾਮ ਦਰਜ ਕਰਾਇਆ, ਜਦੋਂ ਉਹਦੇ ਵਿੱਚ ਕੋਈ ਹਲਚਲ ਹੁੰਦੀ ਹੈ ਤਾਂ ਉਹ ਖਬਰ ਬਣਦੀ ਹੈ, ਖਬਰ ਸੁਰਖੀ ਬਣਦੀ ਹੈ, ਅਤੇ ਸੁਰਖੀ ਦੇ ਵਿਚਾਲੇ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਉਦੋਂ ਇਹ ਮੁੱਦਾ ਬਣ ਜਾਂਦਾ। ਅੱਜ ਦਾ ਮੁੱਦਾ ਇਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਹੈ। ਉਹਨਾਂ ਦਾ ਤੀਜੀ ਵਾਰੀ ਪ੍ਰਧਾਨ ਬਣਨਾ, ਉਹਦਾ ਮਤਲਬ ਕੀ ਹੈਗਾ? ਵਿਰੋਧੀ ਧਿਰ ਨੂੰ ਜਿਹੜੀਆਂ ਵੋਟਾਂ ਮਿਲੀਆਂ ਉਹਦਾ ਮਤਲਬ ਕੀ ਹੈਗਾ? ਜਿਹੜੇ ਚੈਲੇਂਜਸ ਹੈਗੇ ਆ ਧਾਮੀ ਸਾਹਿਬ ਅੱਗੇ, ਉਹਦਾ ਮਤਲਬ ਕੀ ਹੈਗਾ? ਇਹ ਸਾਰੇ ਮੁੱਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਵਿਚਾਲੇ ਸਵਾਲ ਇਹ ਵੀ ਹੈ ਕਿ ਇਹ SDPC ਦੀਆਂ ਚੋਣਾਂ ਤੋਂ ਪਹਿਲਾਂ ਆਖਰੀ ਜਨਰਲ ਇਜਲਾਸ ਸੀ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਸਵਾਲ ਹੈ, ਤੀਜੀ ਵਾਰ ਪ੍ਰਧਾਨ ਕੀ ਕਰੀਏ ਉਮੀਦ? ਫਟਾਫਟ ਤੁਹਾਨੂੰ ਪੁਆਇੰਟਰ ਦੱਸ ਦਈਏ, ਉਸ ਤੋਂ ਬਾਅਦ ਖਾਸ ਮਹਿਮਾਨਾਂ ਦਾ ਪੈਨਲ ਸਾਡੇ ਨਾਲ ਮੌਜੂਦ ਹੋਵੇਗਾ। SDPC ਪ੍ਰਧਾਨ ਅਤੇ ਚੈਲੇਂਜ, SDPC ਦੇ ਤੀਜੀ ਵਾਰ ਪ੍ਰਧਾਨ ਚੁਣੇ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ। ਧਾਮੀ ਸਾਹਿਬ ਨੂੰ 118 ਵੋਟਾਂ ਪਈਆਂ ਨੇ, ਵਿਰੋਧੀ ਧਿਰ ਨੂੰ ਮਹਿਜ 17 ਵੋਟਾਂ ਪਈਆਂ ਨੇ। ਹਾਲਾਂਕਿ ਪਿਛਲੀ ਵਾਰ ਇਹ ਗਿਣਤੀ ਹੈ ਉਹ 42 ਸੀਗੀ ਵਿਰੋਧੀ ਧਿਰ ਦੀ, ਜਦੋਂ ਬੀਬੀ ਜਗੀਰ ਕੌਰ ਮੈਦਾਨ ਵਿੱਚ ਸਨ। ਬਾਦਲ ਵਿਰੋਧੀ ਧੜੇ ਤੋਂ ਮੈਦਾਨ 'ਚ ਸੰਤ ਬਲਵੀਰ ਸਿੰਘ ਘੁੰਨਸ ਡਟੇ, ਇਹਨਾਂ ਦੀ ਹਮਾਇਤ ਹੈ ਸੁਖਦੇਵ ਸਿੰਘ ਢੀਂਡਸਾ ਗਰੁੱਪ ਹੈ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬੀਬੀ ਜਗੀਰ ਕੌਰ ਹਰੀ, ਇਹਨਾਂ ਸਾਰਿਆਂ ਨੇ ਕੀਤੀ ਹੈ। ਰਜਿੰਦਰ ਸਿੰਘ ਮਹਿਤਾ ਦੀ ਜਨਰਲ ਸਕੱਤਰ ਵਜੋਂ ਚੋਣ ਕੀਤੀ ਗਈ ਹੈ, ਇਹ ਵੀ ਆਪਣੇ ਆਪ ਵਿੱਚ ਇੱਕ ਵੱਖਰੀ ਹੈ, ਜਿਹੜੀ ਵੱਖਰਾ ਅਹੁਦਾ, ਜਿਹੜਾ ਬੜਾ ਮਹੱਤਵਪੂਰਨ ਅਹੁਦਾ ਸਾਡੇ ਸਾਹਮਣੇ ਆਇਆ। SDPC ਦੀ ਅੰਤਰਿਮ ਕਮੇਟੀ ਦੇ 11 ਮੈਂਬਰਾਂ 'ਤੇ ਵੀ ਮੋਹਰ ਲੱਗੀ ਹੈ, ਅਤੇ ਇੱਕ ਨੁਮਾਇੰਦੇ ਨੇ ਇਹ ਕਹਿ ਕੇ ਆਪਣਾ ਨਵਾਂ ਅਫਸਰ ਵੱਲ ਲਿਆ ਕਿ ਇਸ ਤੋਂ ਪਹਿਲਾਂ ਵੀ ਮੈਂ ਉੱਚ ਅਹੁਦੇ 'ਤੇ ਰਹਿ ਚੁੱਕਿਆ ਅਤੇ ਕਿਸੇ ਹੋਰ ਨੂੰ ਮੇਰੀ ਜਗ੍ਹਾ ਲਿਆ ਜਾਵੇ, ਅਤੇ ਅੰਤਰਿਮ ਕਮੇਟੀ ਦੇ ਉੱਤੇ ਜਿਹੜੀ ਮੋਹਰ ਲੱਗੀ ਅਤੇ 11 ਮੈਂਬਰੀ ਅਨਾਊਂਸ ਕਰ ਦਿੱਤੀ ਗਈ। ਜਨਰਲ ਇਜਲਾਸ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਸੰਬੰਧੀ ਮਤਾ ਪਾਸ ਕੀਤਾ ਗਿਆ, ਇਸ ਤੋਂ ਇਲਾਵਾ ਪੰਜਾਬੀ ਬੋਲੀ ਬਾਰੇ ਗੱਲ ਕੀਤੀ ਗਈ, ਇਸ ਤੋਂ ਇਲਾਵਾ ਜੋ ਹੋਰ ਮੁੱਦੇ ਹੈਗੇ ਉਹਨਾਂ 'ਤੇ ਵਿਚਾਰ ਕੀਤਾ ਗਿਆ। ਅਤੇ ਸਿੱਖ ਮੁੱਦਿਆਂ 'ਤੇ ਮਿਸਟਰ ਧਾਮੀ ਨੇ ਪੰਜਾਬ ਸਣੇ ਕੇਂਦਰ ਸਰਕਾਰ ਨੂੰ ਘੇੜਿਆ ਅਤੇ ਸਰਕਾਰ ਵੱਲੋਂ ਸਿੱਖਾਂ ਨੂੰ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼, ਇਸ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ। ਅਤੇ ਜਿਹੜਾ ਪੈਨਲ ਸਾਡੇ ਨਾਲ ਹੈ, ਤਾਰੀਫ ਕਰਾਉਣਾ, ਅਤੇ ਉਸ ਤੋਂ ਬਾਅਦ ਮੁੱਦਾ ਤੁਹਾਡੇ ਸਾਹਮਣੇ ਹੋਵੇਗਾ। ਭਗਵੰਤ ਸਿੰਘ ਸਿਆਲਕਾ, ਇਹ SDPC ਦੇ ਬਹੁਤ ਹੀ ਸੀਨੀਅਰ ਮੈਂਬਰ ਨੇ, ਅਤੇ ਜਿਹੜਾ ਕਾਨੂੰਨੀ ਹਿੱਸਾ ਹੈਗਾ SDPC ਦੇ, ਲੀਗਲ ਕਾਰਵਾਈਆਂ, ਉਸ ਨੂੰ ਵੀ ਇਹ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੈ। ਅਤੇ ਅੱਜ ਵੀ ਜਦੋਂ ਇਹ ਪ੍ਰਧਾਨਗੀ ਦੀ ਚੋਣ ਹੋ ਰਹੀ ਸੀ ਉਦੋਂ ਵੀ ਭਗਵੰਤ ਸਿੰਘ ਸਿਆਲਕਾ ਉਸ ਸੂਚੀ ਨੂੰ ਟੈਲੀ ਕਰਦੇ ਹੋਏ ਸਾਨੂੰ ਦਿਖਾਈ ਦੇ ਰਹੇ ਸੀ ਕਿ ਵੋਟਾਂ ਜਿਹੜੀਆਂ ਉਹ ਸਹੀ ਭੁਗਤ ਰਹੀਆਂ, ਜਿਹੜੇ ਨੁਮਾਇੰਦੇ ਨਾਮ ਲਿੱਤੇ ਜਾ ਰਹੇ ਉਹ ਹੈਗੇ ਹੈ, ਕੁਝ ਵਿਦੇਸ਼ ਵਿੱਚ ਸੀਗੇ ਅਤੇ ਕੁਝ ਜਿਹੜੇ ਅਕਾਲ ਚਲਾਣਾ ਕਰਕੇ ਹੈ, ਉਹਨਾਂ ਦਾ ਜ਼ਿਕਰ ਵੀ ਉੱਥੇ ਵਾਰ ਵਾਰ ਹੋ ਰਿਹਾ ਸੀ, ਸ਼ਰਧਾਂਜਲੀ ਵੀ ਦਿੱਤੀ ਗਈ। ਭਗਵੰਤ ਸਿੰਘ ਸਿਆਲਕਾ, ਤੁਹਾਡਾ ਬਹੁਤ ਸਵਾਗਤ ਹੈ ਸਰ। ਸੁਖਦੇਵ ਸਿੰਘ ਪੌਰ, ਸਾਬਕਾ ਜਨਰਲ ਸਕੱਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅਤੇ ਬਹੁਤ ਹੀ ਸੀਨੀਅਰ ਆਗੂ ਨੇ, ਅਤੇ SDPC ਦੇ ਕੰਮਾਂ ਕਾਜਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ, ਬਹੁਤ ਨੇੜਿਓਂ ਸਮਝਦੇ ਆ। ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਉਦੋਂ ਸੁਖਦੇਵ ਸਿੰਘ ਪੌਰ ਹਰਾਂ ਨੇ ਮਾਈਕ 'ਤੇ ਆ ਕੇ ਇਹ 2-4 ਮਹੱਤਵਪੂਰਨ ਗੱਲਾਂ ਕੀ, ਉਹਨਾਂ ਨੇ ਕਿਹਾ ਕਿ ਮਤੇ ਸਿਰਫ ਮਤੇ ਹੀ ਨਾ ਰਹਿ ਜਾਣ, ਮਤਿਆਂ ਦਾ ਅਸਰ ਵੀ ਹੋਣਾ ਚਾਹੀਦਾ, ਅਤੇ ਮੋਰਚੇ ਲਗਾਉਣੇ ਚਾਹੀਦੇ ਆ ਸਾਨੂੰ ਜਿੱਥੇ ਡਟਵਾਂ ਪਹਿਰਾ ਦੇਣ ਜ਼ਰੂਰਤ ਹੈਗੀ ਹੈ। ਸੁਖਦੇਵ ਸਿੰਘ ਪੌਰ ਕਹਿੰਦੇ ਮੈਂ ਖੜ੍ਹਾਂ। ਸੁਖਦੇਵ ਸਿੰਘ ਪੌਰ, ਤੁਹਾਡਾ ਬਹੁਤ ਸਵਾਗਤ ਹੈ ਸਰ। ਧੰਨਵਾਦ। ਹਰਸਿਮਰਨ ਸਿੰਘ, ਸਿੱਖ ਬੁੱਧੀਜੀਵੀ ਨੇ, ਹਰਸਿਮਰਨ ਸਿੰਘ ਹਰਾਂ ਨੇ ਬਹੁਤ ਕਿਤਾਬਾਂ ਜਿਹੜੀਆਂ ਉਹ ਪੰਥੀ ਝੋਲੀ ਵਿੱਚ ਪਾਈਆਂ, ਪੰਥਕ ਅਜਾਡੇ ਦਾ ਹਮੇਸ਼ਾ ਜ਼ਿਕਰ ਕਰਦੇ ਰਹਿੰਦੇ ਆ, ਜਦੋਂ ਵੀ ਇਹ ਡਿਬੇਟ ਡਿਸਕਸ਼ਨ ਵਿੱਚ ਆਉਂਦੀ ਹੈ ਉਦੋਂ ਇਹ ਸਵਾਲ ਖੜ੍ਹਾ ਕਰਦੇ ਆ, ਅਤੇ ਹੁਣ ਪੰਥਕ ਏਜੰਡਾ ਜਿਹੜਾ ਕੋਈ ਨਵਾਂ ਰੂਪ ਧਾਰਨ ਕਰ ਲਵੇਗਾ ਜਾਂ ਜਿਵੇਂ ਪਹਿਲਾਂ ਚੱਲਦਾ ਪਿਆ ਸੀਗਾ ਉਵੇਂ ਹੀ ਚੱਲੇਗਾ। ਹਰਸਿਮਰਨ ਸਿੰਘ, ਤੁਹਾਡਾ ਬਹੁਤ ਸਵਾਗਤ ਹੈ ਸਰ। ਧੰਨਵਾਦ ਜੀ। ਧੰਨਵਾਦ ਭਾਈ ਸੁਖਦੇਵ ਸਿੰਘ ਜੀ।
ਸਿਆਲਕਾ ਸਾਹਿਬ, ਬੜਾ ਸਧਾਰਨ ਸਵਾਲ ਆ ਸਿਆਲਕਾ ਸਾਹਿਬ, ਤੀਜੀ ਵਾਰੀ ਧਾਮੀ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਸਰ ਇਹ ਕੋਈ ਨਵਾਂ ਬਦਲਾਅ ਹੋਊਗਾ ਜਾਂ ਜਿਵੇਂ ਪਹਿਲਾਂ ਚੱਲਦਾ ਪਿਆ ਸੀ ਸਰ ਉਵੇਂ ਹੀ ਚੱਲੂਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇਸ ਬੜੇ ਮਹੱਤਵਪੂਰਨ ਮੁੱਦੇ ਦੇ ਉੱਤੇ ਜਿਹੜੀ ਗੱਲ ਕੀਤੀ ਆ, ਤੁਹਾਡੇ ਜਿਹੜੇ ਸਰੋਤੇ ਨੇ, ਜਿਹੜੇ ਤੁਹਾਡੇ ਦਰਸ਼ਕ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਇਹ ਬਦਲਾਅ ਵਾਲੀ ਜਿਹੜੀ ਗੱਲ ਹੈ ਜੀ, ਦੇਖੋ SGPC ਇੱਕ ਅਜਿਹੀ ਸੰਸਥਾ ਵਾ ਜਿਹੜੀ ਲਗਾਤਾਰ ਲਗਾਤਾਰ ਜਿਹੜੀ ਆਪਣੇ ਕਾਰਜ ਲਈ ਕਾਰਜਸ਼ੀਲ ਰਹਿੰਦੀ ਹੈ। ਜਿਵੇਂ ਸਤ ਸਖਦੇਵ ਸਿੰਘ ਭੌਰ ਵੱਡੇ ਭਾਈ ਸਾਹਿਬ ਨੇ, ਸਾਡੇ ਸਤਿਕਾਰਯੋਗ ਨੇ, ਅਤੇ ਲੰਮੇ ਸਮੇਂ ਤੋਂ ਇਹਨਾਂ ਨੇ ਸੇਵਾਵਾਂ ਨਿਭਾਈਆਂ SGPC ਦੇ ਵਿੱਚ। SGPC ਦੇ ਜਿੰਮੇ ਬਹੁਤ ਸਾਰੀਆਂ ਚੁਣੌਤੀਆਂ ਰਹਿੰਦੀਆਂ ਨੇ। ਉਹ ਚੁਣੌਤੀਆਂ ਕੁਛ ਜਿਹੜੀਆਂ ਧਾਰਮਿਕ ਤੌਰ 'ਤੇ ਪੈਦਾ ਕੀਤੀਆਂ ਜਾਂਦੀਆਂ ਸਮੇਂ ਸਮੇਂ 'ਤੇ ਸਰਕਾਰਾਂ ਵੱਲੋਂ, ਉਹ ਸਮਾਜਿਕ ਚੁਣੌਤੀਆਂ ਆ ਜਾਂਦੀਆਂ ਨੇ, ਕੁਝ ਜਿਹੜੇ ਆ ਉਹ ਇੰਟਰਨਲ ਪ੍ਰਬੰਧ ਦੇ ਵੀ ਮੁੱਦੇ ਜਿਹੜੇ ਆ ਉਹ ਜ਼ਰੂਰੀ ਹੁੰਦੇ ਨੇ ਜਿਹਨਾਂ ਦਾ। ਹੁਣ ਸਾਡੇ ਵਾਸਤੇ ਸਭ ਤੋਂ ਪਹਿਲੀ ਚੁਣੌਤੀ ਜਿਹੜੀ ਇਸ ਵੇਲੇ ਆ, ਉਹ ਆ ਵੀ SGPC ਨੂੰ ਖੋਰਾ ਲਾਉਣ ਦੀ, SGPC ਨੂੰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਸਿੱਖ ਮੁੱਦਿਆਂ ਦੇ ਉੱਤੇ SGPC ਕੋਈ ਆਪਣਾ ਡਟਵਾਂ ਜਿਹੜਾ ਰੋਲ ਹੁਣ ਤੱਕ ਅਦਾ ਕਰਦੀ ਆਈ ਉਹ ਨਾ ਕਰ ਸਕੇ। ਉਹਦੇ ਕੜੀ ਦੇ ਵਿੱਚ ਹੀ ਜਿਹੜਾ ਹਰਿਆਣਾ ਦੀ ਕਮੇਟੀ ਜਿਹੜੀ ਆ, ਬਿਲਕੁਲ ਹੀ ਕਿਸੇ ਵੀ ਤਰੀਕੇ ਨਾਲ ਉਹ ਅੱਡ ਕੀਤੀ ਨਹੀਂ ਜਾ ਸਕਦੀ। ਉਹ ਜਿਹੜੀ ਆ ਉਹ ਹਰਿਆਣਾ ਕਮੇਟੀ ਨੂੰ ਜਿਹੜਾ ਉਹਨਾਂ ਨੇ ਉਸ ਵੇਲੇ ਮਿਸਟਰ ਹੁੱਡਾ ਨੇ ਉਹਨੂੰ ਜਿਹੜਾ ਜੀ ਉਹ ਐਕਟ ਬਣਾਇਆ ਅਤੇ ਉਹਨੂੰ ਜਿਹੜਾ ਅੱਗੇ ਇੰਪਲੀਮੈਂਟ ਕੀਤਾ ਖੱਟੜ ਸਾਹਿਬ ਨੇ ਆ ਕੇ। ਬੇਸ਼ੱਕ ਭਾਵੇਂ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਰਿਹਾ, ਪਰ ਕਈ ਵਾਰ ਜਿਹੜਾ ਨਾ ਗੱਲ ਕਹਿ ਦੇਣੀ ਵੀ ਬਣਦੀ ਆ, ਕਈ ਵਾਰ ਸ਼ਰ੍ਹਾਂ ਜਿਹੜੀ ਆ ਹਕੂਮਤ ਦੀ ਗੁਲਾਮੀ ਕਰ ਜਾਂਦੀ ਅਤੇ ਅਜਿਹਾ ਹੀ ਉੱਥੇ ਵਾਪਰਿਆ। ਹਾਲਾਂਕਿ ਉਹ ਮੁੱਦਾ ਜਿਹੜਾ ਵਾ ਉਹ ਇੰਟਰਸਟੇਟ ਮੁੱਦਾ, ਉਹਦਾ ਪ੍ਰੈਰੋਗੇਟਿਵ ਸਿਰਫ ਅਤੇ ਸਿਰਫ ਹੈਗਾ ਸੈਂਟਰਲ ਗਵਰਨਮੈਂਟ ਦਾ। ਮੈਂ ਸਿਆਲਕਾ ਸਾਹਿਬ ਬੜਾ ਸਿੱਧਾ, ਮੈਂ ਆਪਾਂ ਸਰ ਪੁਆਇੰਟ 'ਤੇ ਆਈਏ, ਬਹੁਤ ਸਿੱਧਾ ਸਵਾਲ ਕਰਨ ਲੱਗਾ ਤੁਹਾਨੂੰ ਸਿਆਲਕਾ ਸਾਹਿਬ। ਸਿਆਲਕਾ ਸਾਹਿਬ, ਇਹ ਗੁਰੂ ਘਰ ਦੇ ਪ੍ਰਬੰਧਨ ਦੇ ਲਈ ਕਮੇਟੀ ਬਣਾਈ ਗਈ ਆ, ਧਰਮ ਪ੍ਰਚਾਰ ਦੇ ਲਈ ਕਮੇਟੀ ਆ, ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਤੁਹਾਨੂੰ ਨਿਭਾਉਣੀਆਂ ਪੈਂਦੀਆਂ। ਸਿਆਲਕਾ ਸਾਹਿਬ, ਇਉਂ ਲੱਗਦਾ ਪਿਆ ਜਿਹੜੀ ਧਾਰਮਿਕ ਸੰਸਥਾ ਕਾਨੂੰਨੀ ਪੇਚੀਦਗੀਆਂ ਵਿੱਚ ਫਸੀ ਹੋਈ ਹੈ। ਜੋ ਕਾਨੂੰਨੀ ਪੇਚੀਦਗੀਆਂ ਦਾ ਜ਼ਿਕਰ ਹੁੰਦਾ ਤਾਂ ਸਿਆਲਕਾ ਸਾਹਿਬ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ। ਜਦੋਂ ਖੁਦ ਵਕੀਲ ਹੋਣ ਧਾਮੀ ਸਾਹਿਬ, ਤਾਂ ਲੱਗਦਾ ਕਿ ਕਾਨੂੰਨ ਦੀ ਕਚਹਿਰੀ ਦੇ ਵਿੱਚ ਤੁਸੀਂ ਉਸ ਤਰੀਕੇ ਨਾਲ ਆਪਦੇ ਆਪ ਨੂੰ ਪੇਸ਼ ਨਹੀਂ ਕਰ ਪਾ ਰਹੇ ਜਿਸ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ। ਸਿਆਲਕਾ ਸਾਹਿਬ, ਮੇਰੇ ਖਿਆਲ ਜਿੰਨੀ ਜਿੰਨੀ ਸ਼ਿੱਦਤ ਨਾਲ ਇਹ ਕੇਸ ਲੜਿਆ ਗਿਆ ਨਾ, ਉਹ ਉਦੋਂ ਵੱਧ ਇਹ ਲੜਿਆ ਨਹੀਂ ਜਾ ਸਕਦਾ। ਪਰ ਮੈਂ ਜਿਹੜੀ ਗੱਲ ਕੀਤੀ ਨਾ ਵੀ ਕਿਤੇ ਨਾ ਕਿਤੇ ਸ਼ਰ੍ਹਾਂ ਜਿਹੜੀ ਆ ਹਕੂਮਤ ਨਾਲ ਸਹਿਮਤੀ ਹੋ ਕੇ ਚੱਲ ਜਾਂਦੀ ਆ, ਇਹ ਮਸਲਾ ਉਹ ਹੋਇਆ ਜੀ। ਰਹੀ ਗੱਲ ਕਾਨੂੰਨੀ ਪੇਚੀਦਗੀਆਂ, ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਬਣੀ ਆ, ਤੁਸੀਂ ਉਹਦਾ ਐਕਟ ਪੜ੍ਹ ਕੇ ਵੇਖ ਲਓ, ਉਦੋਂ ਤੋਂ ਹੀ ਕਦੀ ਮਾਨਤਾ ਵੱਲੋਂ ਕਦੀ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੀ ਆ। ਇਹ ਕਾਨੂੰਨੀ ਪੇਚੀਦਗੀਆਂ ਉਸ ਸਮੇਂ ਤੋਂ ਚੱਲਦੀਆਂ ਆ ਰਹੀਆਂ ਜੀ। ਇਸ ਕਰਕੇ ਇਹ ਨਹੀਂ ਗੱਲ ਵੀ ਕਾਨੂੰਨੀ ਪੇਚੀਦਗੀਆਂ ਦੇ ਵਿੱਚ ਹੁਣ ਫਸੀ ਆ, ਇਹ ਪਹਿਲਾਂ ਤੋਂ ਹੀ ਚੱਲਦਾ ਰਿਹਾ। ਪਰ ਫਿਰ ਵੀ ਜਦੋਂ ਹਕੂਮਤ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੀ ਆ, ਉਦੋਂ ਜਿਹੜੀ ਉਹ ਪ੍ਰੋਬਲਮ ਜ਼ਿਆਦਾ ਹੋ ਜਾਂਦੀ। ਚਲੋ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਸਰ ਵਾਪਸ ਆ ਰਿਹਾ, ਬਾਕੀ ਮੈਂ ਉਹਨਾਂ ਕੋਲ ਵੀ ਜਾਵਾਂਗੇ। ਬਹੁਤ ਸਾਰੇ ਸਵਾਲ ਹੈ, ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਇਹ
SCPC ਦੇ ਪ੍ਰਧਾਨ ਅਤੇ ਹੋਰ ਕਾਰਜਕਾਰਨੀ ਜਿਹੜੀ ਹੈਗੀ ਆ ਅੰਤਰਿੰਗ ਕਮੇਟੀ ਹੈਗੀ ਆ ਉਹਦੇ ਬਾਰੇ ਬਹੁਤ ਸਾਰੇ ਸਵਾਲ ਹੋ ਸਕਦੇ ਆ। ਇਸ 35-40 ਮਿੰਟ ਵਿੱਚ ਉਹਨੂੰ ਸਮੇਟਣਾ ਬਹੁਤ ਔਖਾ ਹੈਗਾ। ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਮਿਲ ਸਕਣ। ਵਾਹ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸੁਦੇਵ ਸਿੰਘ ਪੌਰ ਸਾਡੇ ਨਾਲ ਨੇ। ਪੌਰ ਸਾਹਿਬ ਤੁਸੀਂ ਉੱਥੇ ਇਹ ਸਵਾਲ ਖੜਾ ਕਰ ਰਹੇ ਸੀਗੇ ਕਿ ਮਤੇ ਮਤੇ ਹੀ ਰਹਿ ਜਾਂਦੇ ਆ, ਸਰ ਤੁਹਾਡਾ ਮਤਲਬ ਕੀ ਹੈ ਕਹਿਣ ਦਾ? ਦੇਖੋ, ਮੈਂ ਇਹ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਨਾ ਸਿਆਲਕਾ ਸਾਹਿਬ ਦਾ ਧੰਨਵਾਦ ਇਸ ਗੱਲ ਕਰਕੇ ਕਰਦਾ ਕਿਉਂਕਿ ਉਹ ਸੱਚੇ ਸੁੱਚੇ ਇਨਸਾਨ ਆ, ਸੱਚ ਬੋਲਦੇ ਆ, ਸਾਰੀ ਗੱਲ ਉਹਨਾਂ ਨੇ ਆਪਾਂ ਨੂੰ ਪਹਿਲਾਂ ਹੀ ਸਮਝਾ ਦਿੱਤੀ ਤੇ ਜਦੋਂ ਹਕੂਮਤਾਂ ਦਖਲ ਦੇਣ ਨਾ ਉਸ ਵੇਲੇ ਸੰਸਥਾਵਾਂ ਦਾ ਕੰਮ ਗੜਬੜਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਹਕੂਮਤੀ ਦਖਲ ਨੇ ਇਹਦੇ ਕੱਦ ਨੂੰ ਬਹੁਤ ਛੋਟਾ ਕਰ ਦਿੱਤਾ। ਕਦੀ ਹਕੂਮਤ ਨੇ ਆਪਣੀ ਇੱਛਾ ਮੁਤਾਬਕ ਕਿਸੇ ਨੂੰ ਮਾਫ਼ੀ ਦਵਾ ਦਿੱਤੀ, ਪੰਥਕ ਪਰੰਪਰਾਵਾਂ ਦੀ ਕੋਈ ਪਰਵਾਹ ਹੀ ਨਹੀਂ ਕੀਤੀ, ਤੇ ਕਦੀ ਵਾਰ ਵਾਰ ਦਖਲ ਦੇ ਕੇ ਜਦੋਂ ਇਸ ਸੰਸਥਾ ਦੇ ਮੁਖੀਆਂ ਨੂੰ ਬੌਣੇ ਕਰ ਦਿੱਤਾ ਜਾਵੇ ਤੇ ਫਿਰ ਅਜਿਹੇ ਹਾਲਾਤ ਬਣ ਜਾਂਦੇ। ਨਹੀਂ, ਭੋਰ ਸਾਹਿਬ ਜਿਹੜੀ ਗੱਲ ਤੁਸੀਂ ਹਕੂਮਤ ਵਾਲੀ ਕੀਤੀ, ਸਰ ਮੈਂ ਥੋੜ੍ਹਾ ਐਡ ਆਨ ਕਰ ਲਵਾਂ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ। ਭੋਰ ਸਾਹਿਬ, ਉਹ ਦੌਰ ਸੀਗਾ ਜਿਹੜਾ ਅਸੀਂ ਇਤਿਹਾਸ ਪੜ੍ਹਦੇ ਪਏ ਹਾਂ ਉਹਦੇ ਵਿੱਚ ਲਿਖਿਆ ਹੁੰਦਾ ਕਿ SDPC ਜੇਕਰ ਖੜੀ ਹੋ ਜਾਂਦੀ ਸੀ ਨਾ, ਮੋਰਚਾ ਲਾਉਂਦੀ, ਹਕੂਮਤਾਂ ਚੱਲ ਕੇ ਆਉਂਦੀਆਂ ਸੀ ਸਰ, ਅਤੇ ਹੁਣ ਅਸੀਂ ਹਕੂਮਤਾਂ ਅੱਗੇ ਸਰ ਬੋਣੇ ਸਾਬਤ ਹੋ ਰਹੇ, ਉਹਦੀ ਵਜ੍ਹਾ ਕੀ ਹੈ ਭੋਰ ਸਾਹਿਬ? ਮੈਂ ਇਹੀ ਗੱਲ ਕਰ ਰਿਹਾ ਜੀ, ਜਦੋਂ ਅਸੀਂ ਸੰਸਥਾਵਾਂ ਦੇ ਵਿਕਾਰ ਮੁਤਾਬਕ ਆਪਣੀਆਂ ਕੁਰਸੀਆਂ ਦੀ ਵਰਤੋਂ ਨਹੀਂ ਕਰਦੇ ਨਾ, ਜੋ ਸੰਸਥਾਵਾਂ ਦਾ ਵਿਕਾਰ ਹੁੰਦਾ ਹੈ ਫਿਰ ਸੰਸਥਾਵਾਂ ਦਾ ਇਹੀ ਹਾਲ ਬਣ ਜਾਂਦਾ। ਅੱਜ ਹਾਲਾਤ ਐਸੇ ਬਣੇ ਹੋਏ ਆ, ਮੈਂ ਦੋ ਗੱਲਾਂ ਦਾ ਜ਼ਿਕਰ ਕੀਤਾ ਸੀ, ਮੈਂ ਇਸ ਕਰਕੇ ਕਰਨਾ ਪਿਆ ਮੈਨੂੰ ਕਿਉਂਕਿ ਪ੍ਰਧਾਨ ਜੀ ਨੇ ਮਤਾ ਲਿਆਂਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਔਰ ਸਪੈਸ਼ਲ ਜ਼ਿਕਰ ਕੀਤਾ ਵੀ ਅਸੀਂ ਭਾਈ ਰਾਜੋਆਣਾ ਨੂੰ ਅਪੀਲ ਕਰਦੇ ਹਾਂ ਕਿ ਉਹ ਭੁੱਖ ਹੜਤਾਲ ਵਰਗੇ ਫੈਸਲੇ ਨਾਲ। ਮੈਨੂੰ ਇਸ ਗੱਲ ਦਾ ਦੁੱਖ ਸੀ ਵੀ ਇਹ ਫੈਸਲੇ ਤਾਂ ਲਏ ਜਾਂਦੇ ਆ ਜਦੋਂ ਬੇਗਾਨਗੀ ਦਾ ਅਹਿਸਾਸ ਹੋਵੇ। ਜਦੋਂ ਕੋਈ ਦੁਖੀ ਹੋ ਕੇ ਗੱਲ ਕਹੇ ਵੀ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੀਆਂ ਦਰਖਾਸਤਾਂ ਮੇਰੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਨੇ ਦਿੱਤੀਆਂ ਉਹ ਵਾਪਸ ਲੈ ਲਈਆਂ ਜਾਣ, ਮੈਨੂੰ ਇਹਨਾਂ ਤੋਂ ਕੋਈ ਆਸ। ਜਦੋਂ ਉਹ ਇਹ ਗੱਲ ਆਖਣ ਬਈ ਵੱਡੇ ਚੋਲਿਆਂ ਵਾਲੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਮੇਰੇ ਸਾਹਮਣੇ ਦੀ ਲੰਘਦੇ ਆ, ਆਪਣੇ ਆਪ ਨੂੰ ਧਰਮੀ ਕਲੇਮ ਕਰਦੇ ਆ, ਵੱਡੇ ਲੀਡਰ ਕਲੇਮ ਕਰਦੇ ਆ, ਪਰ ਉਹਨਾਂ ਤੋਂ ਮੈਨੂੰ ਕੋਈ ਆਸ ਬਾਕੀ ਨਹੀਂ ਰਹੀ। ਇਸ ਕਰਕੇ ਤੁਸੀਂ ਉਹਨਾਂ ਨੂੰ ਹੁਕਮ ਕਰੋ ਆਪਣੀਆਂ ਦਰਖਾਸਤਾਂ ਬਾਅਦ ਚੋਂ ਲੈਣ। ਮੇਰਾ ਕੰਸਰਨ ਇਹ ਸੀ ਵੀ ਇਹ ਜਿਹੜੇ ਬੰਦੀ ਸਿੰਘ ਹੈ ਇਹ ਕੋਈ ਬੱਟ ਬੰਨੇ ਦੀ ਲੜਾਈ 'ਚ ਜੇਲ੍ਹਾਂ 'ਚ ਨਹੀਂ ਬੈਠੇ। ਇਹਨਾਂ ਨੇ ਪੰਥਕ ਕੌਜ਼ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਔਰ ਉਹਨਾਂ ਨੂੰ ਪਤਾ ਵੀ ਸੀ ਵੀ ਜਦੋਂ ਅਸੀਂ ਇਸ ਰਸਤੇ 'ਤੇ ਤੁਰਾਂਗੇ ਸਾਡੇ ਪਰਿਵਾਰਾਂ ਨੂੰ ਔਰ ਸਾਨੂੰ ਬੜੇ ਕਸ਼ਟ ਝੱਲਣੇ ਪੈਣੇ, ਅਤੇ ਜਦੋਂ ਕੋਈ ਕੌਮੀ ਹਿੱਤਾਂ ਦੀ ਪਹਿਰੇਦਾਰੀ ਕਰਦਾ ਬੰਦੀ ਸਿੰਘ ਬਣ ਜਾਏ ਨਾ, ਉਹਨੂੰ ਸਭ ਤੋਂ ਵੱਡੀ ਆਸ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੁੰਦੀ। ਅਤੇ ਜੇ ਇਹ ਸੰਸਥਾਵਾਂ ਨਾ ਖੜੀਆਂ ਉਤਰ ਸਕਣ ਤਾਂ ਫਿਰ ਨਿਰਾਸ਼ਾ ਆਉਂਦੀ ਹੈ। ਮੈਂ ਜ਼ਿਕਰ ਕੀਤਾ ਸੀ ਇਸੇ ਕਰਕੇ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਲ 'ਤੇ ਪੰਥ ਬਾਹਰ ਸੜਕਾਂ 'ਤੇ ਆ ਗਿਆ ਨਾ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਜਿਹੜੀ ਆ ਉਹਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ। ਇੱਕ ਨੌਜਵਾਨ 18 ਸਾਲ ਦਾ ਬੱਚਾ ਜਸਪਾਲ ਸਿੰਘ ਚੌੜਸਿਦਮਾ ਉਹ ਸ਼ਹੀਦ ਹੋ ਜਾਂਦਾ ਅਤੇ ਉੱਥੇ ਜਥੇਦਾਰ ਨੇ ਉਸ ਵੇਲੇ ਦੇ ਜਥੇਦਾਰ ਨੇ ਇਕੱਠ ਵਿੱਚ ਹਿੱਕ ਥਾਪੜ ਕੇ ਕਿਹਾ ਸੀ ਕਿ ਮੈਂ ਤੁਹਾਨੂੰ ਇਨਸਾਫ਼ ਲੈ ਕੇ ਦਿਆਂ, ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਅਤੇ ਲੋਕ ਕਿਵੇਂ ਯਕੀਨ ਕਰਨ, ਨਾ ਅਕਾਲ ਤਖ਼ਤ 'ਤੇ ਯਕੀਨ ਰਹਿ ਗਿਆ ਨਾ ਸ਼੍ਰੋਮਣੀ ਕਮੇਟੀ ਦੇ ਯਕੀਨ ਰਹਿ ਗਿਆ। ਵੈਸੇ ਪਿੱਛੇ ਜਾਣਾ ਨਹੀਂ ਚਾਹੀਦਾ ਗਾ, ਪਰ ਇਹ ਸਵਾਲ ਜ਼ਰੂਰ ਆਊਗਾ, ਜਦੋਂ ਤੁਸੀਂ ਇਸ ਪ੍ਰਬੰਧ ਵਿੱਚ ਸੀਗੇ ਉਦੋਂ ਇਹ ਮੁੱਦੇ ਤੁਹਾਡੇ ਸਾਹਮਣੇ ਆਏ ਸੀ ਜਾਂ ਨਹੀਂ, ਇਹ ਬਾਅਦ ਵਿੱਚ ਉੱਠੇ? ਮੈਂ ਤੁਹਾਡੀ ਜਾਣਕਾਰੀ ਲਈ ਦੱਸਦਿਆਂ, ਜਿਹੜੇ ਉਸ ਪੁਰਾਣੇ ਜਥੇਦਾਰ ਸੀ ਨਾ ਜਿਨ੍ਹਾਂ ਨੇ ਵਾਅਦਾ ਕੀਤਾ ਸੀ, ਉਹ ਮੇਰੇ ਨਾਲ ਇਟਲੀ ਗਏ ਸੀ ਇੱਕ ਅੰਮ੍ਰਿਤ ਸੰਚਾਰ ਦੇ ਉੱਤੇ।
ਤੇ ਉੱਥੇ ਜਸਪਾਲ ਸਿੰਘ ਚੌਣ ਸਿੱਧੂਆਂ ਦਾ ਪਰਿਵਾਰ ਵੀ ਆ ਗਿਆ ਸੀ ਸਾਨੂੰ ਮਿਲ। ਉਹ ਬੜੇ ਗਰਮ ਸੀਗੇ, ਪਰ ਮੈਂ ਉਹਨਾਂ ਨੂੰ ਠੰਡੇ ਕਰਕੇ ਕਿਹਾ ਵੀ ਇਹ ਤਰੀਕਾ ਨਹੀਂ ਅਕਾਲ ਤਖ਼ਤ ਦੇ ਜਥੇਦਾਰ ਨਾਲ ਗੱਲ ਕਰਨ ਦਾ। ਉਹ ਸ਼ਾਂਤੀ ਨਾਲ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਗੱਲ ਕਰਦਿਆਂ ਇਹ ਗੱਲ ਕਹੀ ਸੀ ਵੀ ਇਹਨਾਂ ਨੇ ਸਾਨੂੰ ਇਨਸਾਫ਼ ਦਵਾਉਣ ਦੀ ਗੱਲ ਕਹੀ ਸੀ, ਸਰਕਾਰ 'ਤੇ ਸਾਨੂੰ ਕੋਈ ਗਿਲਾ ਨਹੀਂ। ਜਿਹੜੇ ਡੀ ਐਸ ਪੀ ਅਤੇ ਥਾਣੇਦਾਰ ਦੀ ਹਾਜ਼ਰੀ ਸਾਡਾ ਪੁੱਤ ਮਰਿਆ, ਉਹ ਤਾਂ ਫਿਰ ਉੱਥੇ ਹੀ ਲੱਗੇ ਹੋਏ ਆ। ਅਤੇ ਮੈਂ ਉਹਨਾਂ ਨਾਲ ਵਾਅਦਾ ਕਰਕੇ ਆਇਆ ਸੀ ਵੀ ਮੈਂ ਜਾਂਦਾ ਹੀ ਬਾਦਲ ਸਾਹਿਬ ਨੂੰ ਇਹਨਾਂ ਨੂੰ ਨਾਲ ਲੈ ਕੇ ਮਿਲੂੰਗਾ। ਮੈਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਉਸ ਵੇਲੇ ਗਿਆਨੀ ਤਰਲੋਚਨ ਸਿੰਘ ਸੀ, ਬਾਦਲ ਸਾਹਿਬ ਦੀ ਕੋਠੀ ਗਿਆ ਔਰ ਜਾ ਕੇ ਉਹਨਾਂ ਨੂੰ ਦੱਸਿਆ ਵੀ ਜੀ ਆਹ ਉਹ ਕਹਿੰਦੇ ਨੇ, ਕਹਿੰਦੇ ਇੱਦਾਂ ਹੋ ਨਹੀਂ ਸਕਦਾ। ਜਦੋਂ ਤਫਤੀਸ਼ ਕੀਤੀ ਤਾਂ ਸੱਚੀ ਉੱਥੇ ਲੱਗੇ ਹੋਏ ਸੀ। ਚਲੋ ਭੋਰ ਸਾਹਿਬ, ਮੈਨੂੰ ਇੱਕ ਚੀਜ਼ ਦੱਸ ਦਿਓ ਭੋਰ ਸਾਹਿਬ, ਭੋਰ ਸਾਹਿਬ ਐਸ ਜੀ ਪੀ ਸੀ ਦੇ ਪ੍ਰਧਾਨ ਕੀ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਕੀ ਕਰਨ ਤੁਹਾਡੇ ਹਿਸਾਬ ਨਾਲ, ਤੁਸੀਂ ਦੱਸ ਦਿਓ ਸਰ। ਦੇਖੋ ਐਸ ਜੀ ਪੀ ਸੀ ਬਹੁਤ ਵੱਡੀ ਸੰਸਥਾ ਆ, ਇਹਦਾ ਕੰਮ ਸਿਰਫ ਗੁਰਦੁਆਰਿਆਂ ਦੇ ਵਿੱਚ ਆਟੇ ਦਾਲ ਦਾ ਪ੍ਰਬੰਧ ਕਰਨਾ ਹੀ ਨਹੀਂ ਹੈ, ਸਿੱਖਾਂ ਦੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨ ਦੀ ਵੀ ਜ਼ਿੰਮੇਵਾਰੀ ਇਹਨਾਂ ਦੀ ਹੋਈ ਹੈ। ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਦੋਂ ਬੋਲਦਾ ਸੀ ਨਾ ਤਾਂ ਦੁਨੀਆਂ ਦੇ ਸਿੱਖ ਖੜ ਜਾਂਦੇ ਸੀ, ਅਤੇ ਅੱਜ ਜੋ ਹਾਲਾਤ ਬਣੀ ਹੋਈ ਹੈ ਇਸ ਕਰਕੇ ਬਣੀ ਆ ਕਿ ਜਥੇਦਾਰਾਂ ਨੇ ਜਥੇਦਾਰੀ ਦੀ ਪਦਵੀ ਦਾ ਅਪਮਾਨ ਆਪਣੇ ਅਕਾਮਾਂ ਨੂੰ ਖੁਸ਼ ਕਰਦਿਆਂ ਨੇ ਕਰ ਦਿੱਤਾ। ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਆਜ਼ਾਦ ਹੀ ਨਹੀਂ ਹੈ, ਜਦੋਂ ਉਹਦੇ ਉਹਨੂੰ ਕੋਈ ਹੁਕਮ ਚੜ ਜਾਂਦੇ ਆ ਵੀ ਤੂੰ ਆਹ ਕਰ ਬਈ, ਤੂੰ ਆਹ ਮਾਫ਼ੀ ਦੇ ਦਿੱਤੀ ਆ, ਅਸੀਂ ਦਵਾਤੀ ਆ ਤੇ ਤੂੰ ਇੰਨੇ ਲੱਖ ਦੇ ਇਸ਼ਤਿਹਾਰ ਛਾਪ ਦੇ, ਤੂੰ ਇੰਨੀਆਂ ਮੀਟਿੰਗਾਂ ਸੱਦ ਲਾ, ਕਦੀ ਦਿੱਲੀ ਕਮੇਟੀ ਨੂੰ ਸੱਦ ਲਾ, ਤੇ ਉਹ ਪ੍ਰਧਾਨ ਕੀ ਕਰੂ। ਠੀਕ ਠੀਕ ਹੈ ਹਰਸਿਮਰਨ ਜੀ। ਸਰ ਇਹ ਅਸੀਂ ਲਗਾਤਾਰ ਇਸ 'ਤੇ ਡਿਬੇਟ ਕਰਦੇ ਆ ਰਹੇ, ਧਰਮ ਅਤੇ ਸਿਆਸਤ ਭਾਰੂ ਹੈ, ਅਤੇ ਸਾਡੇ ਅੱਗੇ ਇਹ ਸਵਾਲ ਰੱਖਿਆ ਜਾਂਦਾ ਕਿ ਧਰਮ ਅਤੇ ਸਿਆਸਤ ਹੈ ਜਿਹੜਾ ਉਹ ਸਾਡੇ ਸਿਧਾਂਤਾਂ ਦੇ ਵਿੱਚ ਉਸਨੂੰ ਜਿਸ ਤਰੀਕੇ ਨਾਲ ਵਿਚਾਰਿਆ ਗਿਆ ਜਾਂ ਦੱਸਿਆ ਗਿਆ ਅਸੀਂ ਉਸੇ ਤਰੀਕੇ ਨਾਲ ਚੱਲਦੇ ਪਏ ਹਾਂ। ਹਰਸਿਮਰਨ ਸਿੰਘ, ਜਿਹੜਾ ਭੋਰ ਸਾਹਿਬ ਨੇ ਸਵਾਲ ਚੁੱਕਿਆ, ਮੈਂ ਉਸੇ ਸਵਾਲ 'ਤੇ ਤੁਹਾਨੂੰ ਲੈ ਕੇ ਆ ਰਿਹਾ ਕਿ ਹਕੂਮਤਾਂ ਐਡੀ ਵੱਡੀ ਸੰਸਥਾ ਦੀ ਗੱਲ ਸੁਣਨ ਨੂੰ ਤਿਆਰ ਕਿਉਂ ਨਹੀਂ ਹੈ? ਹਰਸਿਮਰਨ ਜੀ ਦੇਖੋ, ਤੁਸੀਂ ਜੀ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਸਥਾਪਿਤ ਹੋਇਆ 100 ਸਾਲ ਤੋਂ ਵੱਧ ਸਮਾਂ ਹੋ ਗਿਆ। ਇਹਦੇ 'ਚ ਬੜੀਆਂ ਉਤਰਾਅ ਚੜ੍ਹਾਅ ਆਏ, ਬੜੇ ਪ੍ਰਧਾਨ ਆਏ, ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ, ਕਈ ਤਰ੍ਹਾਂ ਦੇ ਇਸਦੇ ਨਾਲ ਇਸਨੂੰ ਉਸਨੂੰ ਮੀਟ ਆਊਟ ਕੀਤਾ ਗਿਆ। ਅੱਜ ਜਦੋਂ ਕਿ 100 ਸਾਲ ਤੋਂ ਵੱਧ ਸਮਾਂ ਆ ਚੁੱਕਾ ਹੈ, ਤਾਂ ਪਿਛਲੇ, ਮੈਂ ਬਹੁਤਾ ਦੂਰ ਨਾ ਜਾਵਾਂ, ਤਾਂ ਪਿਛਲੇ 10-15 ਸਾਲ ਦੇ ਵਿੱਚ ਜੋ ਹਾਲਾਤ ਬਣੇ ਨੇ ਔਰ ਜਿਸ ਢੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋ ਉਸਦਾ ਰੁਤਬਾ ਔਰ ਜ਼ਿੰਮੇਵਾਰੀਆਂ ਵੱਧ ਗਈਆਂ ਨੇ, ਉਸ ਮੁਤਾਬਕ ਉਹ ਕੰਮ ਨਹੀਂ ਕਰ ਪਾ ਰਹੀ, ਨਾ ਇਸਦੀ ਲੀਡਰਸ਼ਿਪ ਆ ਰਹੀ ਹੈ ਅਤੇ ਨਾ ਇਸਦੇ ਅੱਗੇ ਜਿਹੜੀ ਉਸਨੂੰ ਡਾਇਰੈਕਸ਼ਨ ਮਿਲ ਰਹੀ ਹੈ। ਦੂਸਰਾ, ਮੈਂ ਸਮਝਦਾ ਵੀ ਤੁਸੀਂ ਗੱਲ ਕਰਦੇ ਹੋ ਨਾ ਜੀ ਸਰਕਾਰਾਂ ਦਾ ਦਖਲ ਵਗੈਰਾ ਵਗੈਰਾ, ਸਰਕਾਰਾਂ ਨੇ ਤਾਂ ਜਿਹੜੀ ਇਹ ਭੋਰ ਸਾਹਿਬ ਦਾ ਇਸ਼ਾਰਾ ਬਾਦਲ ਸਰਕਾਰ ਵੱਲ ਹੈ ਕਿ ਬਾਦਲ ਸਰਕਾਰ ਨੇ ਹੁੰਦਿਆਂ ਇਸ ਦੇ ਵਿੱਚ ਦਖਲ ਦੇ ਕੇ ਆਪਣੀ ਕਮਜ਼ੋਰੀ ਕੀਤੀ ਔਰ ਜੋ ਮਤਲਬ ਗਵਾਹੀ ਵਗੈਰਾ ਕਰਵਾਈ, ਇਹਨਾਂ ਦਾ ਮੁੱਦਾ ਹੈ। ਪਰ ਮੈਂ ਇਸ ਨੂੰ ਅੱਗੇ ਲੈ ਕੇ ਜਾਂਦਾ, ਅੱਗੇ ਇਹ ਲੈ ਕੇ ਜਾਂਦਾ ਕਿ ਕੇਂਦਰ ਸਰਕਾਰ ਜਾਂ ਜਿਹੜੀਆਂ ਪੰਜਾਬ ਦੀਆਂ ਐਂਟੀ ਜਿਹੜੀਆਂ ਪੰਥਕ ਸਰਕਾਰਾਂ ਤੋਂ ਜਾਂ ਅਕਾਲੀ ਦਲ ਦੀ ਸਰਕਾਰਾਂ ਤੋਂ ਬਿਨਾਂ ਜਿਹੜੀ ਸਰਕਾਰ ਆਈਆਂ ਨੇ, ਉਹਨਾਂ ਨੇ ਵਾਰ ਵਾਰ ਦਖਲ ਤਾਂ ਦਿੱਤਾ ਹੈ ਕਿਉਂਕਿ ਸਰਕਾਰਾਂ ਨੇ ਕੰਮ ਚਲਾਉਣਾ ਹੈ, ਪਰ ਜਿਹੜੀ ਐਸ ਜੀ ਪੀ ਸੀ ਹੈ ਜਾਂ ਅਕਾਲੀ ਦਲ ਦਾ ਹੈ ਜਿਹੜਾ ਮਾਇੰਡ ਸੈੱਟ ਸੀ, ਉਹ ਸਿੱਖ ਅਧਿਕਾਰਾਂ ਦੀ ਜਿਹੜੀ ਰੱਖਿਆ ਕਰਨੀ ਔਰ ਉਸਨੂੰ ਮਨਵਾਉਣਾ ਸਰਕਾਰ ਕੋਲੋਂ, ਉਹ ਸੀਗਾ ਬੜਾ। ਇਸੇ ਕਰਕੇ ਦੇਖੋ 84-80 ਤੋਂ ਬਾਅਦ ਮੋਰਚਾ ਲੱਗਿਆ, ਐਸ ਜੀ ਪੀ ਸੀ ਨੇ ਬੜਾ ਵੱਡਾ ਰੋਲ ਅਦਾ ਕੀਤਾ, ਅਕਾਲੀ ਦਲ ਨੇ ਕੀਤਾ, ਪਰ ਇਸ ਵੇਲੇ ਜੋ ਹਾਲਾਤ ਦੇ ਰਹਾ ਉਹ ਮੈਂ ਉਹ ਤੇ ਗੱਲ ਕਰਾਂਗਾ ਕਿ ਇਸ ਲਈ ਕ੍ਰੈਡੀਬਿਲਟੀ ਲੋਸ ਹੈ। ਕ੍ਰੈਡੀਬਿਲਟੀ ਲੋਸ ਇਸ ਕਰਕੇ ਹੋ ਗਿਆ ਕਿਉਂਕਿ ਅਕਾਲੀ ਦਲ ਵੀਕ ਹੋ ਗਿਆ। ਹਰਸਿਮਰਨ ਜੀ, ਸਰ ਮੈਂ ਥੋੜ੍ਹਾ ਐਡ ਆਨ ਕਰਦਾ, ਸਰ ਥੋੜ੍ਹਾ ਐਡ ਆਨ ਕਰਦਾ। ਤੁਸੀਂ ਕਹਿ ਰਹੇ ਹੋ ਕ੍ਰੈਡੀਬਿਲਟੀ ਦਾ ਸਵਾਲ ਹੈ, ਕ੍ਰੈਡੀਬਿਲਟੀ ਦਾ ਸਵਾਲ ਤੁਸੀਂ ਸਾਰੇ ਚੁੱਕੋਗੇ ਸਰ। ਮੇਰਾ ਸਵਾਲ ਹੈ ਹਰਸਿਮਰਨ ਜੀ, ਜਦੋਂ ਪਿਛਲੀ ਵਾਰ 42 ਵੋਟਾਂ ਬੀਬੀ ਜਗੀਰ ਕੌਰ ਹਰਾ ਨੂੰ ਮਿਲੀਆਂ ਸੀਗੀਆਂ, ਇਸ ਵਾਰ 17 ਮਿਲੀਆਂ, ਇਹ ਐਸ ਜੀ ਪੀ ਸੀ ਲਗਾਤਾਰ ਕਹਿ ਰਹੀ ਸੀ ਕਿ ਸਟੇਟ ਗੌਰਮੈਂਟ ਜਾਂ ਸੈਂਟਰ ਗੌਰਮੈਂਟ ਸਾਡੇ ਕੰਮ 'ਚ ਦਖਲਅੰਦਾਜ਼ੀ ਕਰਦੀ ਹੈ,
ਕੀ ਵਾਪਸ ਟਰੈਕ 'ਤੇ ਆ ਰਿਹਾ ਐਸ ਜੀ ਪੀ ਸੀ ਦਾ ਸਾਰਾ ਪ੍ਰਬੰਧ ਜਾਂ ਨਹੀਂ ਤੁਹਾਨੂੰ ਲੱਗਦਾ? ਕਿਉਂ ਸਵਾਲ ਇਸ ਕਰਕੇ ਹੈ ਕਿਉਂਕਿ ਜੇ ਦਖਲਅੰਦਾਜ਼ੀ ਵਾਲੀ ਗੱਲ ਆ ਰਹੀ ਹੈ ਤਾਂ ਫਿਰ ਉਸ ਤਰੀਕੇ ਨਾਲ ਨਕਾਰਿਆ ਵੀ ਜਾ ਰਿਹਾ ਜਿਹੜਾ ਓਪੋਜੀਸ਼ਨ ਵਿੱਚ ਖੜਾ ਹੋ ਰਿਹਾ ਹਰਸਿਮਰਤ ਸਿੰਘ ਜੀ, ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ? ਜਾਂ ਵੋਟਾਂ ਨਾਲ ਨਾ ਤੋਲੀਏ ਸਰ? ਮੈਂ ਉਸੇ ਗੱਲ 'ਤੇ ਆਉਂਦਾ, ਦੇਖੋ ਜਿਸ ਸੰਸਥਾ ਕੰਮ ਕਰ ਰਹੀ ਹੈ, ਲੀਡਰਸ਼ਿਪ ਕੰਮ ਕਰ ਰਹੀ ਹੈ, ਵਨ ਵੇ ਉਹਦੀ ਅਦਰ ਉਸਨੂੰ ਲੀਡ ਕਰ ਰਹੀ ਹੈ, ਜਾਂ ਉਸਦੇ ਜਿਹੜੇ ਕੰਮ ਕਰ ਐਡਮਿਨਿਸਟ੍ਰੇਟਿਵ ਕੰਮ ਨੇ, ਰਿਲੀਜੀਅਸ ਕੰਮ ਨੇ, ਪੋਲੀਟੀਕਲ ਕੰਮ ਨੇ, ਇੰਸਟੀਟਿਊਸ਼ਨਲ ਕੰਮ ਨੇ, ਕਰ ਰਹੀ ਹੈ ਨਾ ਜੀ। ਸਵਾਲ ਵੀ ਜਦੋਂ ਉਸਦਾ ਬਦਲ ਜਿਹੜਾ ਹੈ ਨਾ ਜੀ, ਬਦਲਾਅ ਨਹੀਂ ਆਉਂਦਾ, ਬਦਲ ਨਹੀਂ ਉੱਠਦਾ, ਤਾਂ ਉਹ ਬੜਾ ਇੰਪੋਰਟੈਂਟ ਹੁੰਦਾ। ਜਿਹੜੀਆਂ ਧਿਰਾਂ ਇਸ ਤੋਂ ਅੱਗੇ ਕੰਮ ਬਾਹਰ ਕੰਮ ਬੈਠੀਆਂ ਕੰਮ ਕਰ ਰਹੀਆਂ ਨੇ, ਉਹਨਾਂ ਨੇ ਕਿਸ ਤਰ੍ਹਾਂ ਇੱਕ ਵਾਇਬਲ ਔਰ ਬਦਲ ਨਹੀਂ ਦਿੱਤਾ, ਕ੍ਰੈਡੀਬਲ ਬਦਲ ਨਹੀਂ ਦਿੱਤਾ। ਜਦੋਂ ਦੇਖੋ ਬ੍ਰਹਮਪੁਰ ਬਾਹਰ ਆਉਂਦੇ ਨੇ, ਭਟੀਰਸਿੰਘ ਬਾਹਰ ਆਉਂਦੇ ਨੇ, ਭੌਰ ਸਾਹਿਬ ਬਾਹਰ ਆਉਂਦੇ ਨੇ, ਜਾਂ ਜਗੀਰ ਕੌਰ ਨੇ ਪਿਛਲੇ ਸਾਲ ਜੋ ਝੰਡਾ ਚੁੱਕਿਆ ਸੀਗਾ, ਉਸ ਨਾਲ ਇੱਕ ਬਦਲ ਦਾ ਆਸ ਬਣੀ ਸੀ। ਦੇਖੋ ਕੋਈ ਵੀ ਜਿਹੜੀ ਸਥਾਪਤੀ ਹੈ, ਉਹ ਜਿਹੜੇ ਮੈਂਬਰ ਜਿਹੜੀ ਤਾਕਤ ਹੁੰਦੀ ਉਹਨਾਂ ਦੀ, ਜਿਹੜੀ ਸੈਂਟਰ ਆਫ ਸਟਰੈਂਥ ਹੁੰਦੀ ਉਹਨਾਂ ਦੇ, ਉਹ ਉਦੋਂ ਤੱਕ ਕੋਈ ਬੱਚਾ ਆਪਣਾ ਆਪਣੇ ਮਤਲਬ ਸੁਧਾਰਾਂ ਦੀ ਗੱਲ ਜਾਂ ਉਸ ਤਰ੍ਹਾਂ ਇੱਕ ਨਾਲ ਆਪਣੀ। ਚਲੋ ਹਰਸਿਮਰਨ ਜੀ, ਮੈਂ ਤੁਹਾਡੀ ਗੱਲ ਮੰਨ ਕੇ ਅੱਗੇ ਤੁਰਦਾ। ਤੁਸੀਂ ਕਹਿੰਦੇ ਕੋਈ ਬਦਲ ਨਹੀਂ ਆ ਰਿਹਾ, ਜੇ ਘੁੰਨਤ ਸਾਹਿਬ ਜਿਹਾ ਕੋਈ ਹੋਰ ਕੈਂਡੀਡੇਟ ਹੁੰਦਾ ਤਾਂ ਉਸਨੂੰ ਵੱਧ ਵੋਟਾਂ ਮਿਲ ਜਾਣੀਆਂ ਸੀ, ਜਾਂ ਮਿਸਟਰ ਧਾਮੀ ਨੂੰ ਉਮੀਦਵਾਰ ਬਣਾਉਣਾ ਹੀ ਗਲਤ ਮੰਨਦੇ ਹੋ ਤੁਸੀਂ ਅਕਾਲੀ ਦਲ ਵੱਲੋਂ? ਮੈਂ ਬੇਸਿਕ ਅਕਾਲੀ ਦਲ ਦੀ ਅਪਰੋਚ ਨੂੰ ਗਲਤ ਸਮਝਦਾ। ਇੱਕ ਗੱਲ ਮੇਰੀ ਗੱਲ ਸੁਣ ਲਓ, ਅਕਾਲੀ ਦਲ ਜਿਹੜਾ ਐਸ ਜੀ ਪੀ ਸੀ ਦਾ ਬੇਸਿਕ ਜਿਹੜਾ ਗੱਲ ਸੀ, ਉਹ ਅਕਾਲੀ ਦਲ ਤੁਹਾਡੇ ਚੋਂ ਨਿਕਲਿਆ ਸੀਗਾ। ਤੁਸੀਂ ਕੱਲ੍ਹ ਆਪਣੇ ਗੁਰਚਰਨ ਸਿੰਘ ਗਰੇਵਾਲ ਨਾਲ ਗੱਲ ਕਰਦੀ ਕਿਹਾ, ਉਹਨਾਂ ਨੇ ਤੁਹਾਡੇ ਸਾਨੂੰ ਜਵਾਬ ਦਿੱਤਾ ਕਿ ਅਕਾਲੀ ਦਲ ਵਲੰਟੀਅਰ ਫੋਰਸ ਸੀਗੀ। ਹੁਣ ਸਵਾਲ ਇਹ ਹੈ, ਤੁਸੀਂ ਸਵਾਲ ਕੀਤਾ ਸੀ ਕਿ ਜਿਹੜੀ ਵਲੰਟੀਅਰ ਫੋਰਸ ਸੀ ਉਹ ਹਾਵੀ ਕਿਉਂ ਹੋ ਗਈ ਹੋਈ ਹੈ, ਮੇਰਾ ਬੇਸਿਕ ਸਵਾਲ ਹੈ। ਪਰ ਹੁਣ ਜਦੋਂ ਇਹ ਚੀਜ਼ ਜਿਹੜੀ ਬਦਲ ਨਹੀਂ ਨਿਕਲ ਪਾ ਰਿਹਾ, ਤਾਂ ਜਿਹੜੇ ਲੋਕ ਜਾਂ ਅਕਾਲੀ ਦਲ ਪੋਲੀਟਿਕਸ ਜਿਹੜੀ ਹੈ ਉਹ ਕਹਿੰਦੇ ਦੇਰ ਨੋ ਅਦਰ ਆਲਟਰਨੇਟਿਵ, ਟੀਨਾ ਕਹਿੰਦੇ ਨੇ ਉਹ, ਜਦੋਂ ਆਲਟਰਨੇਟਿਵ ਨਹੀਂ ਨਿਕਲਿਆ ਤਾਂ ਜਿਹੜੇ ਲੋਕ ਬੈਠੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਬੈਠੇ ਨੇ, ਚਾਹੇ ਉਹ ਐਸ ਜੀ ਪੀ ਚ ਬੈਠੇ ਜਾਂ ਅਕਾਲੀ ਦਲ ਚ ਬੈਠੇ ਨੇ, ਉਹ ਦੂਜੇ ਪਾਸੇ ਨਹੀਂ ਸਟੈਪ ਆਊਟ ਕਰ ਰਹੇ, ਤੇ ਉਹ ਜਾਂਦੇ ਵੀ ਨਹੀਂ, ਉੱਥੋਂ ਬੁਰਾ ਹਾਲ ਹੋ ਗਿਆ ਜਾਂਦਾ ਹੈ। ਸੋ ਮੈਂ ਇੱਥੇ ਕਹਿੰਦਾ ਕਿ ਜਿਹੜੀ 17 ਵੋਟਾਂ ਲੈਣੀਆਂ, ਇਹ ਆਪਣੇ ਆਪ ਚ ਮਹਿਸੂਸ ਕੀਤਾ ਜਾ ਸਕਦਾ ਕਿ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਚਿੱਠ ਹੋ ਗਈਆਂ ਨੇ, ਬਦਲ ਨਹੀਂ ਦੇ ਪਾ ਰਹੀ। ਤੁਸੀਂ ਵੱਖਰਾ ਕੋਸਚਨ ਖੜਾ ਕਰਤਾ। ਮੈਂ ਆ ਰਿਹਾ ਸਰ, ਵਾਪਸ ਆ ਰਿਹਾ, ਇੱਕ ਛੋਟਾ ਬ੍ਰੇਕ ਲੈ ਲਵਾਂ। ਮੈਂ ਆ ਰਿਹਾ ਸਰ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਇਹ ਸਵਾਲ ਸੁਦੇਸ਼ ਸਿੰਘ ਭੌਰ ਹਰਾਂ ਨੂੰ ਕਰਾਂਗੇ ਜ਼ਰੂਰ, ਅਤੇ ਸਹਿਲਕਾ ਸਾਹਿਬ ਵੀ ਸਾਡੇ ਨਾਲ ਨੇ ਇਸ ਸਵਾਲ ਨੂੰ। ਇੱਕ ਵਾਰ ਫਿਰ ਤੁਹਾਡਾ ਸਵਾਲ ਕਰਦੇ ਹਾਂ ਭੌਰ ਸਾਹਿਬ। ਹਰਸਿਮਰਤ ਸਿੰਘ ਹਰੀ ਸਵਾਲ ਚੁੱਕਦੇ ਪਏ ਆ ਕਿ ਆਪੋਜੀਸ਼ਨ ਕੋਲ ਬਦਲ ਨਹੀਂ ਹੈਗਾ, ਇਸ ਸਵਾਲ ਦਾ ਜਵਾਬ ਤੁਹਾਡੇ ਕੋਲ ਹੈਗਾ ਸਰ? ਦੇਖੋ ਪਹਿਲੀ ਤਾਂ ਗੱਲ ਹੈ, ਜਿਹੜੀ ਇਹ ਜਨਰਲ ਇਲੈਕਸ਼ਨ ਨਹੀਂ ਹੈ, ਇਹ ਹਾਊਸ ਜਿਹੜਾ ਚੁਣਿਆ ਹੋਇਆ ਨਾ, ਇਹ ਚੁਣੇ ਹੋਏ ਹਾਊਸ ਦੇ ਵਿੱਚੋਂ ਹਰ ਸਾਲ ਅਹੁਦੇਦਾਰ ਤੇ ਐਗਜ਼ੀਕਟਿਵ ਚੁਣੀ ਜਾਂਦੀ ਹੈ ਜੀ। ਔਰ ਮਾਫ ਕਰਨਾ, ਮੈਂ ਮਾਫੀ ਮੰਗ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਉਹੀ ਮੈਂਬਰ ਹੈ ਜਿਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਗਲੀਆਂ 'ਚ ਖਿਲ ਰਹੇ ਸੀ, ਇਹਨਾਂ ਨੂੰ ਉਸ ਵੇਲੇ ਵੀ ਗਰਮੀ ਨਹੀਂ ਸੀ ਆਈ ਜਦੋਂ। ਕਿਰਪਾ ਕਰਕੇ ਆਵਾਜ਼ ਬੰਦ ਕਰ ਲਓ ਜਦੋਂ ਵੀ ਆ ਰਹੀ ਹੈ, ਜਦੋਂ ਵੀ ਆ ਰਹੀ ਕਿਰਪਾ ਕਰਕੇ ਆਵਾਜ਼ ਬੰਦ ਕਰ ਲਓ। ਹਾਂਜੀ ਭੌਰ ਸਾਹਿਬ ਬੋਲੋ। ਜਦੋਂ ਜਥੇਦਾਰਾਂ ਨੂੰ ਕੋਠੀਆਂ 'ਚ ਸੱਦ ਕੇ ਮਾਫੀਆਂ ਦਵਾਈਆਂ ਜਾ ਰਹੀਆਂ ਸੀ ਇਹਨਾਂ ਮੈਂਬਰਾਂ ਨੂੰ, ਉਸ ਵੇਲੇ ਵੀ ਗਰਮੀ ਨਹੀਂ ਸੀ ਆਈ। ਇਹਨਾਂ ਕੋਲੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ, ਹੁਕਮਨਾਮੇ ਕਰਕੇ ਮਾਫੀਆਂ ਦੇ ਕੇ ਫਿਰ ਵਾਪਸ ਲੈ ਲਈਆਂ ਗਈਆਂ, ਤੇ ਇਹਨਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਇਹ ਤੇ ਜਿਸ ਦਿਨ ਨਵੀਂ ਚੋਣ ਹੋਣੀ ਆ ਨਾ, ਉਹ ਫਿਰ ਬਦਲ ਬਣਦਾ ਨਹੀਂ ਬਣਦਾ ਉਹ ਬਾਅਦ ਦੀ ਗੱਲ ਨਹੀਂ। ਫਿਰ ਭੌਰ ਸਾਹਿਬ ਇੱਕ ਸਵਾਲ ਦਾ ਮੈਨੂੰ ਜਵਾਬ ਦੇ ਦਿਓ ਭੌਰ ਸਾਹਿਬ। ਤੁਸੀਂ ਬੜਾ ਵਧੀਆ ਐਕਸਪਲੇਨ ਕੀਤਾ ਕਿ ਜਨਰਲ ਇਜਲਾਸ ਹੁੰਦਾ ਇਹਨਾਂ, ਉਹਦੇ ਵਿੱਚ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ ਸਰ, ਠੀਕ ਹੈ ਭੌਰ ਸਾਹਿਬ। ਮੇਰਾ ਸਵਾਲ ਹੈ, ਉਦੋਂ ਤੱਕ ਫਿਰ ਆਪਾਂ ਡਿਬੇਟ ਨਾ ਕਰੀਏ ਨਾ ਇਸ ਇਸ਼ੂ ਤੇ, ਪ੍ਰਧਾਨ ਬਣਨ ਦਿਓ ਜਿਹਨੂੰ ਮਰਜ਼ੀ ਬਣੇ, ਆਪਾਂ ਫਿਰ ਡਿਬੇਟ ਕਰੀਏ ਨਾ। ਨਹੀਂ 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 ਇਸ ਤਰ੍ਹਾਂ ਨਹੀਂ ਹੁੰਦਾ, ਇਹ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੈ,
ਇਹਦੇ ਵਿੱਚ ਕੋਈ ਅਪੋਜੀਸ਼ਨ ਨਹੀਂ ਹੁੰਦੀ, ਕੋਈ ਰੂਲਿੰਗ ਨਹੀਂ ਹੁੰਦੀ, ਇਹ ਸਾਰੇ ਸੇਵਾਦਾਰ ਹੁੰਦੇ ਆ, ਜਿਹਨੂੰ ਜਿਹੜਾ ਚੰਗਾ ਲੱਗਦਾ ਉਹਨੂੰ ਆਪਣੀ ਪ੍ਰਾਇਓਰਿਟੀ ਸ਼ੋਅ ਕਰ ਦਿੰਦਾ। ਬਾਕੀ ਇਹ ਜਦੋਂ ਜਿਹੜੀ ਤੁਸੀਂ ਤਬਦੀਲੀ ਦੀ ਗੱਲ ਕਰਦੇ ਆ ਨਾ, ਕ੍ਰੈਡੀਬਿਲਟੀ ਦੀ ਗੱਲ ਕਰਦੇ ਆ, ਕੋਈ ਜਿਹੜੀਆਂ ਅਪੋਜੀਸ਼ਨ ਆ ਕਿਵੇਂ ਵਿਚਰਦੀਆਂ ਆਉਣ ਵਾਲੇ ਸਮੇਂ ਚ, ਇਹ ਸਾਰਾ ਕੁਛ ਜਿਹੜਾ ਆ ਇਸ ਹਾਊਸ ਦੇ ਵਿੱਚ ਬਹੁਤੇ ਮੈਂਬਰ ਬਾਦਲ ਸਾਹਿਬ ਦੀ ਟਿਕਟ ਤੇ ਜਿੱਤੇ ਹੋਏ ਆ, ਤੇ ਜਦੋਂ ਨਵੇਂ ਜਿੱਤ ਕੇ ਆਉਣਗੇ ਨਾ ਉਹ ਕਿੱਧਰੋਂ ਕਿੱਧਰੋਂ ਆਉਂਦੇ ਆ, ਫਿਰ ਦੇਖਾਂਗੇ ਲੋਕਾਂ ਦਾ ਕੀ ਰੁਝਾਨ। ਚਲੋ ਠੀਕ 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 ਸਿਆਲਕਾ ਸਾਹਿਬ, ਸਿਆਲਕਾ ਸਾਹਿਬ ਕਿਰਪਾ ਕਰਕੇ ਸਰ ਬੈਠ ਜਾਓ ਸਰ, ਨਾਲੇ ਆਵਾਜ਼ ਮੇਰਾ ਸਵਾਲ ਦਾ ਜਵਾਬ ਦੇ ਦਿਓ ਕਿਰਪਾ ਕਰਕੇ। ਸਿਆਲਕਾ ਸਾਹਿਬ, ਸਿਆਲਕਾ ਸਾਹਿਬ, ਸਿਆਲਕਾ ਸਾਹਿਬ ਸਰ ਆਜੋ, ਸਰ ਆਜੋ। ਸਿਆਲਕਾ ਸਾਹਿਬ, ਬਦਲ ਹੈ ਨਹੀਂ ਅਪੋਜੀਸ਼ਨ ਕੋਲ, ਹਰਸਿਮਰਤ ਸਿੰਘ ਹੋਰਾਂ ਨੇ ਸਵਾਲ ਚੁੱਕਿਆ, ਪੌਰ ਸਾਹਿਬ ਨੇ ਉਹ ਸਵਾਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਜਦੋਂ ਚੋਣਾਂ ਹੋਣਗੀਆਂ ਬਦਲ ਵੀ ਆਊਗਾ ਅਤੇ ਫਿਰ ਬਦਲਾਅ ਵੀ ਹੋਊਗਾ। ਸਿਆਲਕਾ ਸਾਹਿਬ, ਉਸ ਚੈਲੇਂਜ ਲਈ ਤਿਆਰ ਹੋ ਸਰ? ਤੁਹਾਡੀ ਕ੍ਰੈਡੀਬਿਲਟੀ ਦੇ ਸਵਾਲ ਇਸ ਕਰਕੇ ਉੱਠਦਾ ਪਿਆ, ਕਹਿੰਦੇ ਤੁਹਾਨੂੰ ਇੱਕ ਪਰਿਵਾਰ ਚਲਾ ਰਿਹਾ। ਸਿਆਲਕਾ ਸਾਹਿਬ, ਦੇਖੋ ਇਹ ਜਿਹੜੀ ਗੱਲ ਆ ਨਾ, ਇਹ ਅੱਜ ਦੀ ਗੱਲ ਨਹੀਂ ਕੀਤੀ ਜਾ ਰਹੀ ਜੀ, ਇਸ ਚੀਜ਼ ਨਾਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਕਮਜ਼ੋਰ ਕਰਨ ਦੀ, ਮੈਂ ਇਹ ਨਹੀਂ ਕਹਿੰਦਾ ਭੌਰ ਸਾਹਿਬ ਕਰ ਰਹੇ ਗੱਲ ਜਾਂ ਕੋਈ ਹੋਰ ਕਰ ਰਹੇ ਨੇ, ਇੱਕ ਨਿਸ਼ਾਨੇ ਤੇ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ। ਵੇਖੋ ਅੱਜ ਬੀਬੀ ਜੀ ਪਿਛਲੇ ਸਾਲ ਉਹਨਾਂ ਇਲੈਕਸ਼ਨ ਲੜੀ, ਉਦੋਂ ਪਹਿਲੇ ਸਾਲ ਉਹ ਇਹਨਾਂ ਮੈਂਬਰਾਂ ਦੇ ਉਸੇ ਹੀ ਹਾਊਸ ਦੇ ਪ੍ਰਧਾਨ ਬਣੇ, ਪਿਛਲੇ ਸਾਲ ਕੁੰਸ ਸਾਹਿਬ ਦਾ ਨਾਂ ਚੱਲਦਾ ਰਿਹਾ ਅਤੇ ਉਦੋਂ ਤੱਕ ਉਹ ਇੱਧਰਲੇ ਬਣੇ ਸੀ, ਅੱਜ ਉੱਧਰਲੇ ਬਣੇ, ਉਹ ਇਲੈਕਸ਼ਨ ਲੜ ਗਏ ਜੀ। ਇਹ ਮੈਂ ਸਮਝਦਾ ਵੀ ਸ਼ਾਇਦ ਇਦੋਂ ਨਿਕੰਮੀ ਪੋਲੀਟਿਕਸ ਜਾਂ ਇਦੋਂ ਵੱਧ ਮੌਕਾ ਪ੍ਰਸਤੀ ਵਾਲੀ ਜਿਹੜੀ ਖੇਡ ਕੋਈ ਨਹੀਂ ਹੋ ਸਕਦੀ। ਠੀਕ ਹੈ, ਜਿਹੜੀ ਗੱਲ ਜੇ ਬੇਅਦਬੀਆਂ ਦੀ ਗੱਲ ਹੋਈ ਜੀ, ਬੇਅਦਬੀ ਮੰਨ ਲਿਆ ਇਸ ਚੀਜ਼ ਦਾ, ਪੰਜਾਬ ਦੇ ਲੋਕਾਂ ਨੇ ਜਨਰਲ ਇਲੈਕਸ਼ਨ ਦੇ ਵਿੱਚ ਅਸੈਂਬਲੀ ਦੇ ਵਿੱਚ ਜਿਹੜਾ ਉਹ ਅਕਾਲੀ ਦਲ ਨੂੰ ਇਹਦੇ ਤੋਂ ਪਾਸਾ ਕੀਤਾ, ਹੁਣ ਜਿਹੜੇ ਬੰਦਿਆਂ ਨੇ ਉਸ ਚੀਜ਼ ਨੂੰ ਕੈਸ਼ ਕੀਤਾ ਜੀ, ਅੱਜ ਦੀ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੇ ਉਹਦੇ 'ਤੇ ਕੀ ਕੀਤਾ ਜੀ, ਜਾਂ ਇਹ ਬੇਅਦਬੀ ਜਿਹੜੀ ਆ ਇੱਕ ਯੂ ਟੂ ਕੀਤਾ ਜਾ ਰਿਹਾ ਆਪਣਾ ਸਿੱਖਾਂ ਨੂੰ, ਕਿਉਂਕਿ ਬੇਅਦਬੀ ਜਿੱਦਣ ਦਿੱਲੀ ਦੰਗੇ ਹੋਏ ਉਦਣ ਘੱਟ ਗੁਰਦੁਆਰੇ ਸਾਹਿਬਾਂ ਨੂੰ ਅੱਗ ਲਾਈ ਜੀ, ਉਦਣ ਕਿਹੜੀਆਂ ਬੇਅਦਬੀਆਂ ਸ਼ਬਦ ਵਰਤੀਆਂ ਸਿਆਲਕਾ ਸਾਹਿਬ, ਮੇਰੀ ਗੁਜ਼ਾਰਿਸ਼ ਹੈ ਕਤਲੇਆਮ ਸ਼ਬਦ ਵਰਤੀ ਆਪਾਂ। ਨਹੀਂ ਮੈਂ ਦੂਸਰੀ ਗੱਲ ਕਰਨ ਲੱਗਾ, ਬਲੂ ਸਟਾਰ ਦੇ ਵਿੱਚ ਜਿੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਈ, ਉੱਥੇ ਨਾਲ ਦੀ ਨਾਲ ਬਾਬਾ ਦੀਪ ਸਿੰਘ ਜੀ ਦਾ, ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਪ੍ਰਕਰਮਾ 'ਚ ਉਹਦੀ ਸੇਵਾ ਹੁਣ ਸ਼ੁਰੂ ਹੋਈ ਆ, ਉਹਦੀ ਜਿਹੜਾ ਪਹਿਲਾ ਫਰਸ਼ ਆ ਨਾ ਉਹ ਇੱਕ ਮਿਰਹਲ 12x15 ਦਾ ਕਮਰਾ ਜੀ, ਉਹ ਅਤੇ ਉਹਦੇ ਵਿੱਚ 8 ਗ੍ਰਨੇਡਾਂ ਦੇ ਨਿਸ਼ਾਨ ਸੀਗੇ ਉਹਦੇ 'ਚ। ਦੱਸੋ ਉੱਥੇ ਜਿਹੜਾ ਉੱਥੇ ਅੱਗੇ ਜੰਗਲਾ ਸੀ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਕੇ, ਉਹਦੇ 72 ਸਪਲੈਂਡਰ ਲੱਗੇ, ਉਹ ਬੇਅਦਬੀਆਂ ਦਾ ਹਿਸਾਬ ਮੰਗ ਲਿਆ ਜੀ ਕਾਂਗਰਸ ਕੋਲੋਂ। ਚਲੋ ਮੈਂ ਸਿਆਲਕਾ ਸਾਹਿਬ, ਤੁਹਾਡਾ ਸਵਾਲ ਠੀਕ ਹੈ ਸਿਆਲਕਾ ਸਾਹਿਬ, ਮੈਨੂੰ ਇੱਕ ਚੀਜ਼ ਦੱਸ ਦਿਉ, ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ ਜਾਂ ਵਡਮੁੱਲਾ ਖਜ਼ਾਨਾ ਸਰ, ਅਸੀਂ ਜਿਹੜੀ ਤੁਹਾਡੀ ਕਾਰਜਕਾਰਨੀ ਹੈਗੀ ਹੈ, ਜਿਹੜੀ ਤੁਹਾਡੀ ਅੰਤਰੀ ਕਮੇਟੀ ਹੈ, ਉਹਨਾਂ ਨੇ ਦੇਖਿਆ ਹੋਇਆ ਸਰ ਜਿਹੜਾ ਤੁਹਾਡੇ ਕੋਲ ਹੈਗਾ ਕੋਰਟ ਵਿੱਚ, ਜਿਹੜਾ ਤੁਸੀਂ ਦੱਸਿਆ ਸਰ ਉਹ ਵੱਖਰਾ ਵੱਖਰਾ ਸਵਾਲ ਹੈ, ਸਭ ਦੇ ਸਕਦੇ ਨੇ। ਫਿਰ ਨਾਲੋਂ ਬਿਹਤਰ ਜਵਾਬ ਦਾ ਭੌਰ ਸਾਹਿਬ ਦੇ ਸਕਦੇ, ਭੌਰ ਸਾਹਿਬ ਤੋਂ ਮੇਰੇ ਜਿਹੜੇ ਸਵਾਲ ਦਾ ਜਵਾਬ ਭੌਰ ਸਾਹਿਬ ਤੋਂ ਲੈਣਾ ਮੈਂ ਲੈ ਲੂੰਗਾ ਸਰ। ਮੈਨੂੰ ਇਹ ਦੱਸੋ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਵਡਮੁੱਲਾ ਖਜ਼ਾਨਾ ਤੁਹਾਡੀ ਅੰਤਰੀ ਕਮੇਟੀ ਨੇ ਦੇਖਿਆ ਹੋਇਆ ਸਰ? ਮੈਂ ਦੂਜਾ ਸਵਾਲ ਹੀ ਨਹੀਂ ਕਰਦਾ ਸਰ। ਮੈਂ ਖੁਦ ਜਾ ਕੇ ਵੇਖਿਆ ਜੀ, ਉੱਥੇ ਅੱਜ ਕੁਛ ਨਹੀਂ ਹੈਗਾ। ਅਪੋਜੀਸ਼ਨ ਦੇ, ਅਪੋਜੀਸ਼ਨ ਜਿਹਨੂੰ ਤੁਸੀਂ ਸਾਥੀ ਕਹਿੰਦੇ ਹੋ ਸਰ, ਗੁਰਪ੍ਰੀਤ ਸਿੰਘ ਰੰਧਾਵਾ ਹਰੀ ਜਿਹੜੀ ਪਹਿਲਾਂ ਅੰਤਰੀ ਕਮੇਟੀ ਵਿੱਚ ਰਹੇ ਆ, ਕੀ ਉਹਨਾਂ ਨੇ ਦੇਖਿਆ ਸਰ, ਉਹਨਾਂ ਨੇ ਡਿਮਾਂਡ ਕੀਤੀ ਸੀ? ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰੀ ਮਹਾਂਪੁਰਖਾਂ ਬਾਬਾ ਜੀ ਨਾਲ ਗੱਲ ਨਹੀਂ ਹੋਈ, ਤੇ ਦੂਸਰੀ ਗੱਲ ਇਹ ਆ ਵੀ
ਮੈਂ ਨਿੱਜੀ ਤੌਰ ਤੇ ਲਾਇਬ੍ਰੇਰੀ ਵਿਜ਼ਿਟ ਕੀਤੀ ਹੈ ਜੀ, ਮੈਨੂੰ ਉੱਥੇ ਕੋਈ ਖਾਸ ਮਿਲਿਆ ਨਹੀਂ ਸਵਾਇ ਅਖਬਾਰ। ਚਲੋ ਸਿਆਲਕਾ ਸਾਹਿਬ, ਇੱਕ ਸਵਾਲ ਹੋਰ ਆਇਆ, ਬੇਅਦਬੀ ਵਾਲਾ ਭੋਰ ਸਾਹਿਬ ਨੇ ਖੜਾ ਕੀਤਾ ਸਵਾਲ, ਮੈਨੂੰ ਦੱਸ ਦਿਓ ਸਰ, ਜਦੋਂ ਬੇਅਦਬੀ ਹੋਈ ਹੈ 2015 ਵਿੱਚ, SGPC ਨੇ ਉਸ ਮੁੱਦੇ 'ਤੇ ਮਤਾ ਕਿੰਨੀ ਦੇਰ ਬਾਅਦ ਪਾਇਆ ਜਾਂ ਨਹੀਂ ਪਾਇਆ? ਉਹਦਾ ਤਾਂ ਜਿਹੜਾ ਜੀ, ਜਿਹੜਾ ਉਹਦੀ ਬਕਾਇਦਾ ਇਨਕੁਆਇਰੀ ਕਰਵਾ ਕੇ ਜਹਾਜ਼ ਅਕਾਲ ਤਖ਼ਤ ਸਾਹਿਬ ਵੱਲੋਂ, ਅਤੇ ਉਹਦੇ ਵਿੱਚ ਜਿਹੜਾ ਉਹਦਾ ਤਾਂ ਫੈਸਲਾ ਵੀ ਹੋ ਚੁੱਕਾ ਜੀ, ਉਹਦੇ ਵਿੱਚ ਜਿਹੜੇ ਬਣਦੇ ਦੋਸ਼ੀ ਨੇ ਉਹ ਜਿਹੜਾ ਵਾ ਬੇਅਦਬੀ ਵਾਲੇ ਮੁੱਦੇ ਦੇ ਉੱਤੇ 3-4 ਚਲਾਨ ਪੇਸ਼ ਹੋ ਗਏ ਜੀ। ਮੈਂ ਸਰ ਮਤੇ ਵਾਲਾ ਸਵਾਲ, ਅਜੇ ਵੀ ਉਹਦਾ ਅਜੇ ਬੜਾ ਸਧਾਰਨ ਸਵਾਲ ਹੁੰਦਾ ਸਰ ਮੇਰਾ, ਮੈਨੂੰ ਔਖਾ ਸਵਾਲ ਨਹੀਂ ਹੁੰਦਾ ਸਿਲਕਾ ਸਾਹਿਬ, ਕਦੀ ਕੁਝ ਬਣ ਜਾਂਦਾ ਜੀ ਉਹਦਾ। ਮੈਂ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਿਆਸੀ ਬੰਦੇ ਨਾ, ਜੇ ਕੋਈ 100 ਸਾਲ ਦੀ ਬੁੜੀ ਵੀ ਮਰ ਜਾਵੇ, ਸਾਰੀ ਦੀ ਸਾਰੀ ਬਾਜ਼ਾਰ ਤੋਂ ਅਫਸੋਸ ਕਰਨ ਚਲ ਜਾਂਦੀ ਹੈ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਆਪਣੇ ਭਰਾ ਨੂੰ ਸਿਆਲਕਾ ਸਾਹਿਬ ਨੂੰ ਵੀ ਉਹ ਕੀ ਕਾਰਨ ਸੀ ਸਤਿਗੁਰੂ ਸਾਹਿਬ ਦੇ ਸਰੂਪ ਗਲੀਆਂ ਚ ਰੋਲ ਦਿੱਤੇ, ਤੇ ਨਾ ਕੋਈ ਤਖ਼ਤ ਦਾ ਜਥੇਦਾਰ ਉੱਥੇ ਅਫਸੋਸ ਕਰਨ ਗਿਆ, ਨਾ ਕੋਈ ਅਕਾਲੀ ਦਲ ਦਾ ਪ੍ਰਧਾਨ ਗਿਆ, ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗਿਆ, ਨਾ ਕੋਈ ਅਹੁਦੇਦਾਰ ਗਿਆ, ਕੀ ਉਹਦਾ ਕਿਸੇ ਨੂੰ ਦੁੱਖ ਨਹੀਂ ਸੀ? ਕਮੇਟੀ ਦੇ ਪ੍ਰਧਾਨ ਉਸ ਵੇਲੇ ਸੀਗੇ ਮੱਕੜ ਸਾਹਿਬ, ਉੱਥੇ ਗਏ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ? ਨਹੀਂ ਗਏ, ਉਹਦੀਆਂ ਜਿਹੜੀਆਂ ਜੀ ਚਲੋ ਹੁਣ ਰੁਕ ਜਾਓ ਆਪਾਂ ਪੌਰ ਸਾਹਿਬ, ਤੁਸੀਂ ਵੀ ਰੁਕ ਜਾਓ ਸਰ, ਸਾਹਿਬ ਤੁਸੀਂ ਵੀ ਰੁਕ ਜਾਓ, ਇੱਕ ਮਿੰਟ ਰੁਕ ਜਾਓ ਸਰ, ਇੱਕ ਮਿੰਟ ਰੁਕ ਜਾਓ, ਮੇਰੀ ਬੇਨਤੀ ਰੁਕ ਜਾਓ ਹਰ ਇੱਕ ਮਿੰਟ ਸਰ, ਰੁਕ ਜਾਓ ਇੱਕ ਮਿੰਟ, ਰੁਕ ਜਾਓ ਹਰਸਿਮਰ ਸਿੰਘ ਸਰ। ਸਰ ਸਿਆਲਕਾ ਸਾਹਿਬ ਨੇ ਕਿਹਾ ਜੋ ਕਾਂਗਰਸ ਵੇਲੇ ਬੇਅਦਬੀਆਂ ਹੋਈਆਂ, ਉਹਨਾਂ ਨੇ 84 ਦਾ ਜ਼ਿਕਰ ਕੀਤਾ, ਕਿ ਉਹਨਾਂ ਦਾ ਹਿਸਾਬ ਲੈ ਲਿਆ ਆਪਾਂ, ਕਹਿੰਦੇ ਸਾਡੇ ਕੋਲ ਹਿਸਾਬ ਮੰਗੀ ਜਾਂਦੇ ਆਪ ਹੁੰਦੇ ਕਿਹੜੀਆਂ ਹੋ ਨਹੀਂ ਰਹੀਆਂ, ਇੱਕ ਇੱਕ ਮਿੰਟ ਕੈਪਟਨ ਸਰਕਾਰ ਜਿਹੜੀ ਨਹੀਂ ਹੋਈ, ਇਹਦਾ ਮਤਲਬ ਉਹ ਬੜਾ ਸਿੱਧਾ ਸਵਾਲ ਕਰਦੇ ਪਏ ਆ ਸਿਆਲਕਾ। ਚਲੋ ਇੱਕ ਮਿੰਟ ਹਰਸਿਮਰ ਜੀ ਬੋਲੋ ਸਰ। ਕੋਈ ਗੱਲ ਇਹ ਹੈ ਕਿ ਪੀਸੀ ਜੀ, ਕਿ ਜੋ ਸਿਆਲਕਾ ਸਾਹਿਬ ਮੁੱਦੇ ਉਠਾ ਰਹੇ ਨੇ ਜਾਂ ਭੌਰ ਸਾਹਿਬ ਮੁੱਦੇ ਉਠਾ ਰਹੇ ਨੇ, ਐਡਮਿਨਿਸਟ੍ਰੇਟਿਵ ਨੇ, ਔਰ ਕਿਸ ਤਰੀਕੇ ਨਾਲ ਜੋ ਸਾਡੇ ਕੋਲ ਪਿਛਲੇ ਸਮੇਂ 'ਚ ਜਿਹਨਾਂ ਕਾਰਨਾਂ ਕਰਕੇ ਜ਼ਖਮ ਮਿਲੇ, ਉਹਨਾਂ ਦਾ ਇਨਸਾਫ ਨਾ ਅਕਾਲੀ ਦਲ ਲੈ ਸਕਿਆ, ਨਾ SGPC ਲੈ ਸਕੀ, ਨਾ ਅਕਾਲੀ ਦਲ ਦੇ ਅਕਾਲ ਤਖ਼ਤ ਸਾਹਿਬ ਜਿਹੜੇ ਸਾਡੇ ਵਿਰੋਧੀ ਤੇਰਾ SGPC ਦੀ ਉਹ ਲਿਆ ਸਕੀ। ਸਵਾਲ ਹੈ ਕਿ ਲੜਾਈ ਲੜੀ ਜਾ ਰਹੀ ਹੈ, ਉਹਦੇ ਨੇ ਜਿਹੜੇ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਹੈ, ਉਹ ਬੜੀ ਉਹਨਾਂ ਦੀ ਡੀਪ ਸਟੇਟ ਨੂੰ ਪਤਾ ਹੈ ਕਿ SGPC ਅਕਾਲੀ ਦਲ ਇੰਨੇ ਵੀਕ ਹੋ ਚੁੱਕੇ ਨੇ, ਇੰਨੇ ਆਪਸੀ ਹੋਇਆ ਕਿ ਇਹਨਾਂ ਦੀ ਗੱਲ ਮੰਨੋ ਹੀ ਨਾ। ਸਵਾਲ ਜਦੋਂ ਤਾਕਤ ਹੈ, ਹੁਣ ਮੁੱਦਾ ਇਹ ਹੈ ਜੀ, ਮੈਂ ਜਿਹੜੀ ਗੱਲ ਮੁੱਦੇ ਦੀ ਗੱਲ ਕਰਦਾ ਨਾ ਜੀ, ਮੁੱਦਾ ਇਹ ਹੈ ਕਿ ਇਸ ਵੇਲੇ ਜੋ ਧਾਮੀ ਸਾਹਿਬ 3 ਵਾਰੀ ਪ੍ਰਧਾਨ ਬਣੇ ਨੇ, ਇਹ ਔਰ ਇਸ ਸਾਲ ਦੇ ਵਿੱਚ ਨਵੀਆਂ ਇਲੈਕਸ਼ਨ ਹੋ ਰਹੀਆਂ ਨੇ, ਤਾਂ ਇਸਦੇ ਵਿੱਚ ਕੀ ਉਹਨਾਂ ਦੀ ਰਿਸਪੋਂਸੀਬਿਲਟੀ ਹੈ? ਇੱਕ ਗੱਲ ਕਿਵੇਂ ਉਹ ਉਸ ਨੂੰ ਚੌਲੇ ਚੈਲੇਂਜ ਦੂਜੀ ਗੱਲ ਕਿ SGPC ਨੂੰ ਜਿਹੜੇ ਰਿਫੋਰਮ ਦੀ ਲੋੜ ਹੈ ਉਹ ਕੀ ਲਿਆਉਣਗੇ? ਚਲੋ ਸਟਰਕਚਰ ਰਿਫੋਰਮ ਲੋੜ ਹੈ, ਦੂਜੀ ਗੱਲ ਇਹ ਹੈ ਕਿ ਜਿਹੜੀ ਇਹਨੂੰ SGPC ਨੂੰ ਕਹਿੰਦੇ ਕਿ ਪਾਰਲੀਮੈਂਟ ਹੈ, ਜਿਹੜੇ ਸਿਆਲਕਾ ਸਾਹਿਬ ਦੇ ਰਾਹੀਂ ਧਾਮੀ ਸਾਹਿਬ ਨੂੰ ਵੀ ਜਨਾਬ ਰੱਖ ਕੇ ਮੇਰਾ ਸਵਾਲ ਕੀਤਾ ਜਾ ਸਕਦਾ ਹੈ, ਜਦੋਂ ਕਿ ਜਥੇਦਾਰ ਸਾਹਿਬ ਵੀ ਕਹਿੰਦੇ ਨੇ ਕਿ ਪਾਰਲੀਮੈਂਟ ਹੈ, ਤਾਂ ਕੀ ਇਹ ਪਾਰਲੀਮੈਂਟ ਨਾਲ ਵਿਹਾਰ ਕਰ ਰਹੀ ਹੈ? ਚਲੋ ਮੈਂ ਛੋਟਾ ਬ੍ਰੇਕ ਲੈ ਕੇ ਸਰ ਵਾਪਸ ਆ ਰਿਹਾ, ਆਖਰੀ ਇਸ 'ਚ ਆਵਾਂਗੇ ਅਸੀਂ, ਇੱਕ ਛੋਟਾ ਮੈਂ ਆ ਰਿਹਾ ਸਰ, ਆ ਰਿਹਾ ਤੀਜੀ ਵਾਰ ਪ੍ਰਧਾਨ ਕੀ ਕਰੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਹਰਸਿਮਰ ਸਿੰਘ ਸਰ, ਜਿਹੜਾ ਸਵਾਲ ਤੁਸੀਂ ਚੁੱਕਦੇ ਪਏ ਹੋ, ਉਸ ਸਵਾਲ ਦੇ ਵਿਚਾਲੇ ਮਿਸਟਰ ਭੌਰ ਨੇ ਇੱਕ ਸਵਾਲ ਖੜਾ ਕੀਤਾ। ਹੁਣ ਇਹ ਵੀ ਕਿਹਾ ਜਾ ਸਕਦਾ ਕਿ ਜਦੋਂ ਤੁਸੀਂ ਪ੍ਰਬੰਧ ਵਿੱਚ ਹੁੰਦੇ ਹੋ ਉਦੋਂ ਨਹੀਂ ਬੋਲਦੇ, ਜਦੋਂ ਪ੍ਰਬੰਧ ਤੋਂ ਬਾਹਰ ਹੁੰਦੇ ਉਦੋਂ ਬੋਲ ਲੈਂਦੇ ਹੋ, ਤਾਂ ਭੌਰ ਸਾਹਿਬ ਨੇ ਸਵਾਲ ਖੜਾ ਕੀਤਾ, ਕਹਿੰਦੇ ਉਮੀਦ ਕਰੀਏ ਕਿ ਇਹਨਾਂ ਤੋਂ, ਇਸ ਸਵਾਲ ਦਾ ਜਵਾਬ ਕੀ ਹੈ ਤੁਹਾਡੇ ਕੋਲ? ਹਰਸਿਮਰ ਜੀ,
ਦੇਖੋ ਗੱਲ ਇਸ ਤਰ੍ਹਾਂ ਹੈ ਨਾ ਕੇਪੀਸੀ ਜੀ, ਕਿ ਜਿਹੜਾ ਵਾਤਾਵਰਣ ਜਿਹੜੀ ਕਲਚਰ ਐਚਪੀਸੀ ਡਿਵੈਲਪ ਹੋ ਗਈ ਨਾ ਜੀ, ਉਹ ਜਿਹੜੀ ਸਥਾਪਤੀ ਹੈ, ਸਥਾਪਤੀ ਕੁਛ ਕਰਨ ਨਹੀਂ ਦੇ ਪਾ ਰਹੀ। ਇਸ ਤਰ੍ਹਾਂ ਸਥਿਤੀ ਉਲਟ ਹੋ ਗਈ ਹੈ। ਜਦੋਂ ਐਚਪੀਸੀ ਨੂੰ ਜੇ ਕਹਿੰਦਾ ਵੀ ਅਕਾਲੀ ਦਲ ਰਿਵਾਈਵਲ ਚਾਹੀਦਾ ਹੈ, ਤਾਂ ਉਹਦੇ ਵਿੱਚ ਐਚਪੀਸੀ ਦੀ ਰਿਵਾਈਵਲ ਬੜੀ ਜ਼ਰੂਰੀ ਹੋ ਗਈ ਹੈ। ਐਚਪੀਸੀ ਰਿਵਾਈਵ ਹੋਏਗੀ ਤਾਂ ਅਕਾਲੀ ਦਲ ਰਿਵਾਈਵ ਹੋਏਗਾ। ਸੋ ਮੈਂ ਮਹਿਸੂਸ ਕਰਦਾ ਕਿ ਜੋ ਭੌਰ ਸਾਹਿਬ ਕਹਿੰਦੇ ਨੇ ਕਿ ਉਹ ਜਿਹੜੀ ਸਥਾਪਤੀ 'ਚ ਵਾਤਾਵਰਨ ਹੈ, ਉਹ ਇੱਕ ਅਵੇਸਲੇਪਣ ਦਾ ਹੈ, ਖੜੋਤਦਾ ਹੈ, ਕੁਛ ਕਰੋ ਹੀ ਨਾ। ਜਿਸ ਤਰ੍ਹਾਂ ਦੇ ਮੁੱਦੇ ਜੀ ਅੱਜ ਅੱਜ ਦਾ ਸੈਸ਼ਨ ਤੁਸੀਂ ਲੈ ਲਓ, ਅੱਜ ਜੋ ਮਤੇ ਪਾਸ ਹੋਏ, ਕੀ ਚੰਗਾ ਨਾ ਹੁੰਦਾ ਜਿਵੇਂ ਭੌਰ ਸਾਹਿਬ ਬੋਲੇ ਨੇ, ਬੜੀ ਇੱਕ ਸਤਿਕਾਰਯੋਗ ਘੰਟੇ ਵਾਸਤੇ ਡਿਬੇਟ ਚੱਲ ਜਾਂਦੀ, ਦੂਜਿਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ। ਮੈਂ ਜਦੋਂ ਕਹਿੰਦਾ ਕਿ ਐਚਪੀਸੀ ਇੱਕ ਐਚੀ ਪਾਰਲੀਮੈਂਟ ਨੂੰ ਕੰਮ ਕਰੇ, ਤਾਂ ਕੀ ਅਸੀਂ ਇਸ ਵਾਸਤੇ ਨਹੀਂ ਕਹਿ ਸਕਦੇ ਕਿ ਸਾਲ 'ਚ 3 ਸੈਸ਼ਨ ਹੋਣ, 4 ਹੋ ਜਾਣ? ਅੱਜ ਜਦੋਂ ਕੋਈ ਐਮਰਜੈਂਸੀ ਹੁੰਦੀ ਹੈ, ਪੀਟੀਸੀ ਦੇ ਮਾਮਲੇ 'ਚ ਆ ਕੇ ਰਹੋ, ਤੁਸੀਂ ਡਿਬੇਟ ਤੁਸੀਂ ਸਾਰਾ ਸੈਸ਼ਨ ਸੱਦ ਲਿਆ, ਕੀ ਕੌਮ ਦੇ ਇਸ਼ੂਜ਼ ਵਾਸਤੇ ਕਦੀ ਸੈਸ਼ਨ ਸੱਦਿਆ? ਕੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਭੂਮਿਕਾ, ਅਕਾਲ ਤਖ਼ਤ ਜਥੇਦਾਰ ਸਾਹਿਬ ਦੀ ਨਿਯੁਕਤੀ ਕਿਵੇਂ ਹੋਵੇ? ਇਹ ਭੌਰ ਸਾਹਿਬ ਇਸ 'ਤੇ ਗਵਾਹ ਨੇ ਕਿ ਅਸੀਂ ਪਿਛਲੇ 15 ਸਾਲ ਤੋਂ ਮੱਕੜ ਸਾਹਿਬ ਲੈ ਕੇ, ਵਿਦਿਆਰਥੀ ਲੈ ਕੇ ਲਗਾਤਾਰ ਕੰਮ ਕੀਤਾ ਕਿ ਰੱਬ ਦੇ ਵਾਸਤੇ ਅਕਾਲ ਤਖ਼ਤ ਜਥੇਦਾਰ ਦੀ ਨਿਯੁਕਤੀ ਪੰਥਕ ਧਿਰੇ 'ਚ ਲਿਆਓ, ਪੰਥਕ ਵਿਹੜੇ 'ਚ ਲੈ ਕੇ ਆਓ, ਨਾ ਇੱਕ ਤਰ੍ਹਾਂ ਦਾ ਜਿੱਦਾਂ ਹੁਣ ਚੱਲ ਰਿਹਾ। ਸੋ ਮੈਨੂੰ ਜਦੋਂ ਅਕਾਲੀ ਦਲ ਜਿਹੜਾ ਹੈ, ਉਹਨਾਂ ਦੇ ਇੱਕ ਤਰ੍ਹਾਂ ਦਾ ਪੱਥਰ ਬਣਿਆ ਹੋਇਆ, ਰੋਕ ਲੱਗੀ ਹੋਈ ਹੈ ਵੀ ਤੁਸੀਂ ਕੁਛ ਕਰਨਾ ਹੀ ਨਹੀਂ, ਤਾਂ ਇਹ ਅਕਾਲੀ ਦਲ ਦੇ ਮੈਂਬਰ ਨੇ। ਮੈਨੂੰ ਜੀ ਦੱਸੋ, ਹਰਸਿਮਰ ਜੀ ਸਰ, ਇੱਕ ਚੀਜ਼ ਦੱਸੋ ਸਰ, ਬਾਦਲ ਦੇ ਸਵਾਲ ਖੜੇ ਕਰਨੇ ਬੜੇ ਸੌਖੇ ਆ ਸਰ, ਤੁਸੀਂ ਵੀ ਕਰ ਰਹੇ ਹੋ, ਭੌਰ ਸਾਹਿਬ ਵੀ ਕਰਨਗੇ, ਸਾਰੇ ਕਰ ਰਹੇ ਆ। ਮੇਰਾ ਸਵਾਲ ਸਰ, ਬਾਦਲ ਤੋਂ ਇਲਾਵਾ ਬਦਲ ਕੀ ਆ ਸਰ, ਉਹ ਤਾਂ ਦੱਸ ਦਿਓ ਨਾ। ਨਹੀਂ, ਮੈਂ ਹੀ ਕਹਿ ਰਿਹਾ ਨਾ ਜੀ, ਜਿਹੜੀ ਵਿਰੋਧੀ ਧਿਰਾਂ ਨੇ ਨਾ ਜੀ, ਗੱਲ ਇਸ ਲਈ ਵਿਰੋਧੀ ਧਿਰਾਂ ਦੀ ਆਪਣੀ ਪ੍ਰੋਬਲਮਸ ਦੀ ਹੈ। 8 ਧਿਰਾਂ ਨੇ ਜੀ ਐਜੀਪੀ ਸਿਲੈਕਸ਼ਨ ਦੀ ਲੜਨ ਦੀ ਗੱਲ ਕਰਦੀਆਂ ਨੇ, ਜਨਰਲ ਇਲੈਕਸ਼ਨ ਲੜਨ ਦੀ ਗੱਲ। ਜਦੋਂ ਅਲਾਇੰਸ ਉਹਨਾਂ 'ਚ ਨਹੀਂ ਹੈ, ਕੋਈ ਗੱਠਜੋੜ ਨਹੀਂ ਹੈ, ਲੜ ਹੀ ਹੋ ਸਕਦੇ ਸੰਘਰਸ਼ ਕਰ ਰਹੇ ਨੇ। ਦੇਖੋ 84 ਤੋਂ ਬਾਅਦ ਅਕਾਲੀ ਦਲ ਨੇ ਕੋਈ ਸੰਘਰਸ਼ ਨਹੀਂ ਲੜਿਆ, ਦੂਜੇ 13 ਸੰਘਰਸ਼ ਲੜ ਰਹੀਆਂ ਨੇ, ਲੇਕਿਨ ਉਹ ਦੋਫਾਨ ਨੇ, ਕਿੰਨੀ ਤਰ੍ਹਾਂ ਉਹਨਾਂ 'ਚ ਭੇਦ ਨੇ। ਠੀਕ ਠੀਕ, ਜਦੋਂ ਇਹ ਗੱਲ ਨਹੀਂ ਕੀਤੀ, ਜਿਹੜੀ ਜਿਹੜੀ ਸਥਾਪਤੀ ਹੈ, ਸਥਾਪਤੀ ਆਰਗੇਨਾਈਜ਼ ਹੈ, ਜਿੰਨਾ ਸਿਆਲਕਾ ਸਾਹਿਬ ਮੈਨੂੰ ਸਵਾਲ ਸਮਝ ਆਇਆ, ਮੈਨੂੰ ਇਹ ਸਵਾਲ ਸਮਝ ਆਇਆ ਕਿ ਐਸ ਜੀ ਪੀ ਸੀ ਜਿਹੜੀ ਮੋਰਚੇ ਲਾਉਂਦੀ ਸੀ, ਅਕਾਲੀ ਦਲ ਹੈ ਜਿਹੜਾ ਉਹ ਮੋਰਚਿਆਂ ਲਾਉਂਦਾ ਸੀਗਾ, ਤੁਹਾਡੇ 'ਚ ਖੜੋਤ ਆ ਗਈ ਹੈ, ਤੁਸੀਂ ਚਾਹੁੰਦੇ ਨਹੀਂ ਕਿ ਕੋਈ ਬਦਲ ਸਾਹਮਣੇ ਆਵੇ, ਨਾ ਤੁਸੀਂ ਖੁਦ ਬਦਲਾਅ ਚਾਹੁੰਦੇ ਹੋ, ਤੁਸੀਂ ਰੁਕੇ ਹੋਏ ਹੋ, ਮੈਨੂੰ ਇਹ ਸਮਝ ਆਇਆ ਸਵਾਲ ਸਿਆਲਕਾ ਸਾਹਿਬ। ਨਹੀਂ, ਕੋਈ ਗੱਲ ਨਹੀਂ ਜੀ, ਚਲੋ ਇਹ ਜੋ ਮਰਜ਼ੀ ਕਿਹਾ ਜਾ ਸਕਦਾ, ਪਰ ਐਸ ਜੀ ਪੀ ਸੀ ਵੱਲੋਂ ਤੇ ਕੋਈ ਵੀ ਵੇਖੋ ਲਗਭਗ ਬੰਦੀ ਸਿੰਘ ਵਾਲੇ ਇਸ਼ੂ ਦੇ ਉੱਤੇ ਪੰਜਾਬ ਵਿੱਚ ਇੱਕ ਮਾਸ ਮੂਵਮੈਂਟ ਬਣਾ ਕੇ ਕੀਤੇ ਜੀ। ਇਸੇ ਤਰ੍ਹਾਂ ਹਰਸਿਮਰ ਜੀ, ਇੱਕ ਮਿੰਟ ਆ ਰਿਹਾ ਸਰ, ਇੱਕ ਮਿੰਟ ਆ ਰਿਹਾ, ਮੈਂ ਇੱਕ ਮਿੰਟ ਆ ਰਿਹਾ, ਭੌਰ ਸਾਹਿਬ ਮੈਂ ਲਾਸਟ ਮਿੰਟ ਲੈਣਾ ਤੋਂ ਬਾਅਦ। ਹਾਂ ਸਿਆਲਕਾ ਸਾਹਿਬ ਬੋਲੋ। ਜਿਹੜੇ ਐਸ ਜੀ ਪੀ ਸੀ ਨੇ ਬੰਦੀ ਸਿੰਘਾਂ ਦੇ ਇਸ਼ੂ ਦੇ ਉੱਤੇ ਜੀ ਜੇ ਉਦੋਂ ਮੂਵਮੈਂਟ ਬਣਾਈ, ਭੌਰ ਸਾਹਿਬ ਉਸ ਗੱਲ ਨੂੰ ਕਹਿ ਰਹੇ ਨੇ, ਉਹ ਇੱਕ ਵੱਡੀ ਪ੍ਰਾਪਤੀ ਇਹਨਾਂ ਨੇ ਉਸ ਵੇਲੇ ਸਾਰਾ ਪੰਥ ਭਾਵੇਂ ਪੰਜਾਬ ਦੇ ਵਿੱਚ ਪਰ ਹਰਿਆਣਾ 'ਚ ਭਾਵੇਂ ਕਿ ਨੇਪਾਲ ਦੇ ਬਾਰਡਰ 'ਤੇ ਬੈਠਾ ਸੀ, ਉਦੋਂ ਉਹਨਾਂ ਨੇ ਭਾਈ ਰਾਜੋਆਣਾ ਦੀ ਫਾਂਸੀ ਦੇ ਉੱਤੇ ਸਟੈਂਡ ਲਿਆ। ਉਹ ਤੋਂ ਬਾਅਦ ਐਸ ਜੀ ਪੀ ਸੀ ਇਹ ਹੁਣ ਤੱਕ ਦੱਸ ਦੇਣ ਵੀ ਕਿੱਥੇ ਪਿੱਛੇ ਹਟੀ। ਰਾਜਪਾਲ ਅੱਗੇ ਆਪਦੇ ਆਪ ਨੂੰ ਇਹ ਸਾਬਤ ਕਰ ਰਹੇ ਹੋ ਕਿ ਸਾਡੇ ਜੀ ਉਹ ਸਾਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ, ਦੱਸਣ ਕਿਹੜਾ ਰਾਜਪਾਲ ਆ ਗਿਆ ਐਸ ਜੀ ਪੀ ਸੀ ਦਾ। ਹਾਂ ਬੋਲੋ, ਰਹੀ ਗੱਲ ਰਾਜਭਾਗ ਜੇ ਐਸ ਜੀ ਪੀ ਸੀ ਰਾਜਪਾਲ ਰਾਜਪਾਲ ਬਾਰੇ ਸਵਾਲ ਸਰ, ਗਵਰਨਰ ਸਾਹਿਬ ਬਾਰੇ, ਗਵਰਨਰ ਸਾਹਿਬ ਬਾਰੇ। ਨਹੀਂ 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 ਨਹੀਂ, ਚਲੋ ਮੈਂ ਕਲੀਅਰ ਕਰ ਦਿੰਦਾ, ਚਲੋ ਰਾਜਪਾਲ ਕਲੀਅਰ ਕਰ ਮਿਲਣਾ ਤੇ ਤੁਸੀਂ ਕੋਲ ਮਿਲ ਸਕਦੇ, ਗੱਲ ਕਲੀਅਰ ਨਹੀਂ ਜੇ ਰਾਜਪਾਲ। ਨਹੀਂ ਨਹੀਂ, ਦੇਖੋ ਰਾਜਪਾਲ ਤੇ ਜਾ ਕੇ ਉੱਥੇ ਮੈਂ ਤੁਹਾਨੂੰ ਸਾਰੀ ਦੇਰੇ ਗੱਲ ਰਾਜਪਾਲ ਮਿਲੇ। ਇੱਕ ਮਿੰਟ ਹਰਸਿਮਰ ਜੀ ਸਰ, ਇੱਕ ਮਿੰਟ ਹਰਸਿਮਰ ਜੀ, ਇੱਕ ਮਿੰਟ ਸਰ, ਇੱਕ ਚਿਹਰਾ ਉਹਨਾਂ ਦਾ ਨੰਗਾ ਹੋਇਆ ਨਾ ਜੀ, ਸਾਹਮਣੇ ਆਇਆ,
ਉਹਦੇ ਬੇਈਮਾਨੀ ਸਰਕਾਰ ਦੀ ਸਾਹਮਣੇ ਆਈ। ਚਲ ਸਰਕਾਰ ਇਹਦੇ ਵਿੱਚ ਡਬਲ ਰੋਲ ਜਿਹੜਾ ਵਾ ਉਹ ਕਰ ਰਹੀ ਹੈ ਜੀ। ਠੀਕ ਹੈ ਹਾਂਜੀ ਪੌਰ ਸਾਹਿਬ, ਇੱਕ ਮਿੰਟ ਸਿਆਲਕਾ ਸਾਹਿਬ, ਤੁਹਾਡਾ ਪੁਆਇੰਟ ਆ ਗਿਆ ਹੁਣ, ਇੱਕ ਮਿੰਟ ਰੋਜੋ, ਇੱਕ ਮਿੰਟ ਰੋਜੋ। ਹਾਂ ਮਿਸਟਰ ਪੌਰ ਬੋਲੋ। ਦੇਖੋ ਮੈਂ ਬੇਨਤੀ ਕਰਦਾ ਵੀ ਦੇਖੋ ਜਦੋਂ ਹਾਲਾਤ ਐਸੇ ਬਣ ਜਾਣ ਨਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਡੀਸੀ ਨੂੰ ਮੈਮੋਰੈਂਡਮ ਦੇਣ ਜਾਵੇ ਤੇ ਡੀਸੀ ਕਹੇ ਜੀ ਮੇਰਾ ਆ ਕੇ ਤਹਿਸੀਲਦਾਰ ਲੈ ਜਾਂਦਾ, ਤੇ ਫਿਰ ਇਹ ਡੈਨੀਗ੍ਰੇਸ਼ਨ ਨਹੀਂ ਤੇ ਹੋਰ ਕੀ ਹੁੰਦੀ ਹੈ। ਅੱਜ ਪ੍ਰਧਾਨ ਜੀ ਨੇ ਹਾਊਸ ਵਿੱਚ ਮੰਨਿਆ ਵੀ ਅਸੀਂ 28-30 ਲੱਖ ਦਸਖਤ ਕਰਾਏ ਪਰ ਸਾਡੇ ਕੋਲ ਲੈਣ ਲਈ ਕੋਈ ਤਿਆਰ ਨਹੀਂ, ਸਾਨੂੰ ਪ੍ਰਧਾਨ ਮੰਤਰੀ ਸਮਾਂ ਨਹੀਂ ਦੇ ਰਿਹਾ, ਸਾਨੂੰ ਹੋਮ ਮਿਨਿਸਟਰ ਸਮਾਂ ਨਹੀਂ ਦੇ ਰਿਹਾ, ਸਾਨੂੰ ਰਾਜਪਾਲ ਸਮਾਂ ਨਹੀਂ ਦੇ ਰਿਹਾ। ਤੇ ਸਮਾਂ ਦਵਾਉਣਾ ਤਾਂ ਫਿਰ ਆਉਂਦਾ ਹੈ ਅਕਾਲੀਆਂ ਨੂੰ। ਇੰਦਰਾ ਗਾਂਧੀ ਨੇ ਐਮਰਜੈਂਸੀ ਠੋਕੀ ਸੀ ਤੇ 19 ਮਹੀਨੇ ਅਕਾਲੀਆਂ ਨੇ ਮੋਰਚਾ ਲਾ ਕੇ ਉਹਦੇ ਧੌਣ ਚੋਂ ਫਸਿਆ ਕੀਲਾ ਕੱਢਤਾ ਸੀ, ਤੇ ਅੱਜ ਅਸੀਂ ਕਹਿ ਰਹੇ ਹਾਂ ਸਾਨੂੰ ਸਮਾਂ ਨਹੀਂ ਦਿੰਦਾ। ਪੌਰ ਸਾਹਿਬ ਤੁਸੀਂ ਕੀ ਚਾਹੁੰਦੇ ਹੋ? ਪੌਰ ਸਾਹਿਬ ਤੁਸੀਂ ਕੀ ਚਾਹੁੰਦੇ ਹੋ? ਇੱਕ ਮਿੰਟ ਸਰ, ਸਿਆਲਕਾ ਸਾਹਿਬ ਆ ਰਹੇ ਹਨ। ਦੇਖੋ ਦੇਖੋ ਮੈਂ ਇਹ ਗੱਲ ਕਹੀ ਸੀ ਅੱਜ ਵੀ, ਬਾਹਰ ਰਹਿਣਾ ਕੋਈ ਮਸਲਾ ਨਹੀਂ ਹੈਗਾ, ਰਹੀ ਗੱਲ ਇੱਕ ਮਿੰਟ ਸਿਆਲਕਾ ਸਾਹਿਬ, ਇੱਕ ਮਿੰਟ ਸੁਣ ਲਈਏ, ਮੈਂ ਤੁਹਾਡੇ ਕੋਲ ਆ ਰਿਹਾ ਸਿਆਲਕਾ ਸਾਹਿਬ, ਇੱਕ ਮਿੰਟ ਪਲੀਜ਼, ਇੱਕ ਮਿੰਟ ਆਪਾਂ ਪਹਿਲੀ ਸੀ ਗੱਲ ਸੁਣ ਲਈਏ ਸਿਆਲਕਾ ਸਾਹਿਬ, ਇੱਕ ਮਿੰਟ ਰੋਜੋ ਪਲੀਜ਼, ਸਿਆਲਕਾ ਸਾਹਿਬ ਇੱਕ ਮਿੰਟ ਰੋਜੋ, ਮੈਂ ਆ ਰਿਹਾ ਸਰ, ਸਿਆਲਕਾ ਸਾਹਿਬ ਆ ਰਿਹਾ ਸਰ, ਆ ਰਿਹਾ। ਤੁਹਾਡੀਆਂ ਨਿੱਜੀ ਸੇਵਾਵਾਂ ਦਾ ਸਾਰੇ ਸਤਿਕਾਰ ਕਰਦੇ ਆ, ਤੁਹਾਡਾ ਸਤਿਕਾਰ ਕਰਦੇ ਆ, ਪਰ ਮੈਂ ਸੰਸਥਾ ਦੀ ਗੱਲ ਕਰ ਰਿਹਾ। ਜਦੋਂ ਸੰਸਥਾ ਦਾ ਪ੍ਰਧਾਨ ਹਾਊਸ ਵਿੱਚ ਕਹੇ, ਅੱਜ ਸਾਰੇ ਜਨਰਲ ਹਾਊਸ ਦੇ ਵਿੱਚ, ਵੀ ਸਾਨੂੰ ਰਾਜਪਾਲ ਸਮਾਂ ਨਹੀਂ ਦੇ ਰਿਹਾ, ਤੇ ਸਮਾਂ ਮਿਲਦਾ ਕਿਹਨੂੰ ਆ ਜੀ? ਸੰਘਰਸ਼ੀਲ ਬੰਦਿਆਂ ਨੂੰ? ਨਹੀਂ ਨਹੀਂ ਪੌਰ ਸਾਹਿਬ, ਪੌਰ ਸਾਹਿਬ ਮੈਨੂੰ ਰਾਹ ਦੱਸੋ ਨਾ, ਪੌਰ ਸਾਹਿਬ ਤੁਸੀਂ ਕਹਿ ਰਹੇ ਸੀਗੇ, ਤੁਸੀਂ ਕਹਿ ਰਹੇ ਸੀਗੇ, ਇੱਕ ਮਿੰਟ ਸਿਆਲਕਾ ਸਾਹਿਬ ਆ ਰਹੇ ਆ, ਸਿਆਲਕਾ ਸਾਹਿਬ ਇੱਕ ਮਿੰਟ ਸਰ, ਇੱਕ ਮਿੰਟ ਪਲੀਜ਼, ਸਿਆਲਕਾ ਸਾਹਿਬ ਪਲੀਜ਼ ਸਰ, ਮੈਂ ਆ ਰਿਹਾ ਸਰ, ਸਿਆਲਕਾ ਸਾਹਿਬ ਆ ਰਿਹਾ ਸਰ, ਇੱਕ ਮਿੰਟ ਸਿਆਲਕਾ ਸਾਹਿਬ ਪਲੀਜ਼ ਸਰ, ਆਪਾਂ ਸੁਣਦੇ ਨਹੀਂ ਪਏ, ਪਤਾ ਨਹੀਂ ਕਿਉਂ ਨਹੀਂ ਸੁਣਨਾ ਚਾਹ ਰਹੇ। ਪੌਰ ਸਾਹਿਬ ਇੱਕ ਮਿੰਟ, ਪੌਰ ਸਾਹਿਬ ਮੇਰਾ ਸਵਾਲ ਲੈ ਲਓ ਸਰ, ਪੌਰ ਸਾਹਿਬ, ਪੌਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਮੈਂ ਅੱਗੇ ਲੱਗਣ ਨੂੰ ਤਿਆਰ ਹੈਗਾ, ਤੁਸੀਂ ਜਿੱਥੇ ਕਹੋਗੇ ਉੱਥੇ ਖੜ ਜੂੰਗਾ, ਪੌਰ ਸਾਹਿਬ ਇਹ ਮੋਰਚਾ ਲਾ ਦੇਵੇ ਐਸਜੀਪੀਸੀ ਬੰਦੀ ਸਿੱਖਾਂ ਦੇ ਮਸਲੇ ਤੇ? ਮੈਂ ਕਹਿੰਦਾ ਜੀ ਇੱਕ ਨਹੀਂ ਹਰ ਇੱਕ ਸਿੱਖ ਖੜਨ ਲਈ ਤਿਆਰ ਆ, ਮੈਂ ਨਹੀਂ ਚਾਹੁੰਦਾ। ਇਹ ਅੱਜ ਕਹਿੰਦੇ ਸਾਨੂੰ ਸਮਾਂ ਨਹੀਂ ਮਿਲਦਾ, ਤੇ ਚਾਬੀਆਂ ਮਿਲਦੀਆਂ ਸੀ ਗੁਰਦੁਆਰਿਆਂ ਦੀਆਂ ਜਦੋਂ ਚਾਬੀਆਂ ਲਈਆਂ ਸੀ ਖਾਲਸਾ ਪੰਥ ਨੇ, ਜਦੋਂ ਨਾਭੇ ਦੇ ਰਾਜੇ ਨੂੰ ਲਾ ਦਿੱਤਾ ਸੀ ਅੰਗਰੇਜ਼ ਨੇ, ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਮੋਹਰੇ ਹੋ ਕੇ ਜੈਤੋਂ ਦਾ ਮੋਰਚਾ ਲਾਇਆ ਸੀ। ਚਲੋ ਉੱਥੇ ਉੱਥੇ ਵੀ ਚਰਚਾ ਹੋਈ ਹੈ ਇਹ ਚਾਬੀਆਂ ਦੇ ਮੋਰਚੇ ਦੀ, ਜੈਤੋਂ ਦੇ ਮੋਰਚੇ ਚਰਚਾ ਹੋਈ ਹੈ। ਸਿਆਲਕਾ ਸਾਹਿਬ ਜੇ ਅਸੀਂ ਸਿਰਫ ਇਹ ਕਹਿ ਦਈਏ ਵੀ ਸਾਨੂੰ ਸਮਾਂ ਨਹੀਂ ਮਿਲਦਾ, ਮਤਾ ਕਰਕੇ ਆਰਾਮ ਨਾਲ ਸੌਂ ਜਾਈਏ, ਤੇ ਫਿਰ ਤੱਕ ਕੋਈ ਵੀ ਕੰਮ ਠੀਕ ਨਹੀਂ ਹੋਣਾ। ਇੱਕ ਰਾਜਸਥਾਨ 'ਚ ਬੋਲੀ ਜਾਂਦਾ ਕਹਿੰਦਾ ਗੁਰਦੁਆਰੇ ਢਾ ਦਿਓ ਤੇ ਅਸੀਂ ਚੁੱਪ ਕਰਕੇ ਬੈਠੇ। ਫੋਰਮੇਸ਼ਨ ਸ਼ੁਰੂ ਕਰੀਏ ਜੀ, ਕਿਹੜੀ ਆ? ਦੇਖੋ ਸਿਆਲਕਾ ਸਾਹਿਬ ਬੋਲੋ, ਕਰਦੇ ਜੇ ਮੈਂ ਨਾਲ ਦੇ ਕੇ ਧਾਮੀ ਸਾਹਿਬ ਨੂੰ ਪਾ ਜੂੰਗਾ ਜੀ, ਸਿੱਖ ਸੰਗਤਾਂ ਨੂੰ ਹੋਰ ਕੋਈ ਆਵੇ ਨਾ, ਮੈਂ ਆਪਣੇ ਪੁੱਤ ਭਤੀਜੇ ਭਰਾ ਲੈ ਕੇ ਆਊਂਗਾ ਜੀ ਨਾਲ। ਮਸਲੇ ਦਾ ਹੱਲ ਨੀ ਨਿਕਲਣਾ ਗਾ ਵੀ ਤੁਸੀਂ ਆ ਜਾਓ ਤੇ ਮੈਂ ਵੀ ਆ ਜਾਊਂਗਾ। ਸਿਆਲਕਾ ਸਾਹਿਬ ਕੁੱਲ ਮਿਲਾ ਕੇ ਗੱਲ ਇਹ ਹੋ ਰਹੀ ਹੈ ਕਿ ਪੰਥ ਨੂੰ ਜਿਹੜੀ ਨੁਮਾਇੰਦਗੀ ਦੀ ਜ਼ਰੂਰਤ ਹੈਗੀ ਹੈ, ਜਿਹੜੀ ਸੋਚ ਦੀ ਜ਼ਰੂਰਤ ਹੈਗੀ ਹੈ, ਉਹ ਡਿਕਲਾਈਨ ਕਿਉਂ ਹੋਈ ਪਈ ਹੈ? ਸਵਾਲ ਇਹ ਹੈ ਸਿਆਲਕਾ ਸਾਹਿਬ। ਦੇਖੋ ਪੰਥ ਦੀ ਕੋਈ ਡਿਕਲਾਈਨ ਨਹੀਂ ਹੋਈ ਜੀ, ਇਹ ਇਹ ਭੁਲੇਖਾ ਜਿਹਾ ਹੁੰਦਾ ਪੰਥ ਡਿਕਲਾਈਨ ਹੋਇਆ। ਪੰਥ ਤੇ ਜਿੱਦਣ ਬਲਿਊ ਸਟਾਰ ਹੋਇਆ ਉਹ ਤੋਂ ਬਾਅਦ ਬਿਨਾਂ ਜਰਨੈਲ ਤੋਂ ਲੜਾਈ ਲੜ ਗਿਆ ਜੀ ਪੰਥ। ਪੰਥ ਨੇ 92-93 ਤੱਕ ਮਾਣੀ ਪਾਈ ਰੱਖਿਆ ਸਰਕਾਰ ਨੂੰ। ਇਹ ਪੰਥ ਕਦੀ ਡਿਕਲਾਈਨ ਹੋਇਆ ਜੀ? ਕਦੀ ਵੀ ਨਹੀਂ ਹੋਇਆ, ਨਾ ਹੋਊਗਾ। ਟੈਂਪਰੇਰੀ ਕੋਈ ਸਮਾਂ ਜਿਹਾ ਹੋਵੇ ਤੇ ਮੈਂ ਕਹਿ ਨਹੀਂ ਸਕਦਾ, ਬਾਕੀ ਅੱਜ ਵੀ ਕੋਈ ਇਹ ਥੋੜਾ ਜਿਵੇਂ ਜਿਹੜਾ ਇੱਕ ਇਸ ਵੇਲੇ ਪੰਥ ਦੇ ਖਿਲਾਫ ਜਾਂ ਅਕਾਲੀ ਦਲ ਦੇ ਖਿਲਾਫ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਕ ਬੜਾ ਵੱਡਾ
ਹਥਿਆਰ ਵਰਤਿਆ ਜਾ ਰਿਹਾ ਸੋਸ਼ਲ ਮੀਡੀਆ ਨੂੰ, ਉਹ ਮੀਡੀਆ ਕਰਕੇ ਜਿਹੜਾ ਵਾ ਉਹ ਜਿਹੜਾ ਇਸ ਵੇਲੇ ਜਿੰਨੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਅਲਟਰਾਜ ਕਹਾਉਂਦੇ ਨੇ, ਮੈਂ ਉਹਨਾਂ ਦਾ ਇਕੱਲੇ ਇਕੱਲੇ ਦਾ ਤੁਹਾਨੂੰ ਅਕਾਊਂਟ ਦੱਸ ਸਕਦਾ ਵੀ ਕਿਹਦਾ ਕਿਹਦੇ ਨਾਲ ਅਟੈਚ ਆ। ਚਲੋ ਸਿਆਲਕਾ ਸਾਹਿਬ, ਮੈਂ ਤੁਹਾਡੀ ਗੱਲ ਮੰਨ ਲੈਣਾ ਸਿਆਲਕਾ ਸਾਹਿਬ, ਮੈਂ ਤੁਹਾਡੀ ਗੱਲ ਮੰਨ ਲੈ ਸਰ, ਸਮਾਂ ਨਹੀਂ ਮਿਲ ਰਿਹਾ, ਇਹ ਗੱਲ ਆਪਾਂ ਕਦੋਂ ਤੱਕ ਕਹਿੰਦੇ ਰਹਾਂਗੇ ਸਰ? ਸਿਆਲਕਾ ਸਾਹਿਬ, ਸਮਾਂ ਨਹੀਂ ਮਿਲ ਰਿਹਾ ਤੇ ਅੱਜ ਵੀ ਕਿਹਾ ਜੀ, ਪਹਿਲਾਂ ਵੀ ਕਿਹਾ ਇਸ ਗੱਲ ਦਾ, ਹੁਣ ਅਗਲੀ ਫਾਰਮੇਸ਼ਨ ਮੈਂ ਇਹਨਾਂ ਨੂੰ ਪੁੱਛੀ ਆ ਤੇ ਆਪਾਂ ਕਿਹੜੀ ਗੱਲ ਕਰਨੀ ਚਾਹੁੰਦੇ ਆ, ਕਿਸ ਤਰ੍ਹਾਂ ਕੀਤੀ ਜਾਵੇ, ਆਪਾਂ ਉਸੇ ਤਰੀਕੇ ਨਾਲ ਚੱਲ ਪੈਂਦੇ ਜੀ, ਛੱਡ ਦੀ ਆਪਾਂ ਬਾਕੀ ਸਾਰਿਆਂ ਨੂੰ, ਆਪਾਂ ਸਾਡੇ ਨਾਲ ਵੀ ਤੇ 10 ਲੋਕ ਹੈਗੇ ਆ। ਚਲੋ ਠੀਕ, ਆਪਣੇ ਆਪ ਤੁਰ ਪੈਣਗੇ। ਠੀਕ, ਅੱਜ ਦੀ ਗੱਲ ਸੁਣ ਦੋ ਮੇਰੀ, ਵੀ ਜਿਹੜੇ ਤੁਸੀਂ ਕਿਸੇ ਵੀ ਜਿਹੜਾ ਕੋਈ ਇਸ਼ੂ ਆ ਜਾਂਦਾ, ਅੱਜ ਜਿਹੜਾ ਵਿਰਾਸਤੀ ਜਿਹੜੀ ਆ ਬਣਾਈ ਆ ਹੈਰੀਟੇਜ ਸਟਰੀਟ, ਉਹਦੇ ਵਿੱਚ ਪਹਿਲਾਂ ਕਾਂਗਰਸ ਨੇ ਉੱਥੇ ਧਰਨਾ ਲਵਾ ਕੇ ਰੱਖਿਆ ਜੀ, ਅੱਜ ਵੀ ਉੱਥੇ ਜਿਹੜੀ ਆ ਜਿੱਥੇ ਕੋਈ ਹੋਰ ਬੰਦਾ ਆ ਨਹੀਂ ਸਕਦਾ ਉੱਥੇ ਸਟੇਜਾਂ ਲਵਾਈਆਂ ਜਾਂਦੀਆਂ। ਠੀਕ ਹੈ ਸਿਆਲਕਾ ਸਾਹਿਬ, ਮੈਂ ਲਾਸਟ ਕਮੈਂਟ ਕਰਨਾ ਹਰਸਿਮਰ ਸਿੰਘ ਦਾ, ਫਿਰ ਮੈਂ ਡਿਬੇਟ ਸਮਾਪਤ ਕਰਨੀ ਹੈ। ਆਪਾਂ ਰੁਕ ਜੀ, ਹੁਣ ਰੁਕ ਜੀ ਹਰਸਿਮਰ ਜੀ, ਸਰ 30 ਸੈਕਿੰਡ ਆ, ਪਲੀਜ਼ ਸ਼ਾਰਟ ਵਿੱਚ ਰੱਖਿਓ। ਮੈਂ ਦੋਨਾਂ ਦੀਆਂ ਗੱਲਾਂ ਸੁਣ ਲਈਆਂ ਨੇ ਔਰ ਮੈਂ ਆਪਣੀ ਗੱਲ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੀ ਹੈ, ISGPC ਨੂੰ ਦੁਬਾਰਾ ਖੜਾ ਕਰਨ ਵਾਸਤੇ ਜਦ ਤੱਕ ਤੁਸੀਂ ਕੋਈ ਨਵੀਂ ਲੀਹ ਨਹੀਂ ਪਾਉਂਦੇ, ਸੰਘਰਸ਼ ਨਹੀਂ ਛੇੜਦੇ, ਤਾਂ ਦੇਖੋ ਜਿਸ ਰਾਜੋਵਾਲੇ ਦਾ ਮਸਲਾ ਹੈ, ਅਗਰ ਰਾਜੋਵਾਲੇ ਦਾ ਮਸਲੇ ਹੱਲ ਕਰਨ ਵਾਸਤੇ ਤੁਸੀਂ ਇਸ ਵਾਸਤੇ ਕਮਰ ਕਸੇ ਕੱਸ ਲਓ, ਅਕਾਲ ਤਖ਼ਤ ਸਾਹਿਬ ਤੁਹਾਨੂੰ ਡਾਇਰੈਕਸ਼ਨ ਦੇਵੇ ਔਰ ਤੁਸੀਂ ਉਸ ਮੁਤਾਬਕ ਕੰਮ ਕਰੋ। ਅਗਰ ਰਾਜੋਵਾਲੇ ਨੇ ਵਰਤ ਰੱਖ ਦਿੱਤਾ ਔਰ ਕੌਮ ਦੀ ਹਮਦਰਦੀ ਨਾਲ ਜੁੜ ਗਈ, ਤੁਹਾਡੇ ਕੋਲ ਕੀ ਜਵਾਬ ਹੈ? ਦੂਸਰਾ, ਜਿਹੜੇ 4-5 ਮਤੇ ਪਾਸ ਹੋਏ ਨੇ, ਸਿਆਲਕਾ ਸਾਹਿਬ ਮੇਰੀ ਗੱਲ ਧਿਆਨ ਨਾਲ ਸੁਣਿਓ, ਅਗਰ ਤੁਸੀਂ ਇਸ ਮੁਤਾਬਕ ਇਹਦੇ ਤੋਂ ਹੀ ਕਿਸੇ ਤਰੀਕੇ ਸੰਘਰਸ਼ ਸ਼ੁਰੂ ਕਰਦੇ ਹੋ, ਉਹ ਰੂਪਰੇਖਾ ਤੁਸੀਂ ਲਿਖਣੀ ਹੈ, ਮੈਂ ਤੁਹਾਨੂੰ ਦੱਸ ਰਿਹਾ ਕਿ ਸੰਘਰਸ਼ ਸ਼ੁਰੂ ਕਰਦੇ ਹੋ ਤਾਂ ਕੌਮ ਦੇ ਵਿੱਚ ਐਗਜੀਬਿਸ਼ਨ ਦਾ ਪ੍ਰਭਾਵ ਵਧੇਗਾ, ਸਤਿਕਾਰ ਵਧੇਗਾ, ਕ੍ਰੈਡੀਬਿਲਟੀ ਵਧੇਗੀ, ਅਕਾਲੀ ਦਾ ਵੀ ਤੁਹਾਨੂੰ ਆਏਗਾ। ਠੀਕ ਠੀਕ, ਪੌਰ ਸਾਹਿਬ 30 ਸੈਕਿੰਡ ਪਲੀਜ਼, ਫਟਾਫਟ ਖਤਮ ਕਰਿਓ ਪੌਰ ਸਾਹਿਬ। ਨਹੀਂ ਦੇਖੋ ਮੈਂ ਤਾਂ ਜੀ ਜੀ ਬੋਲੋ ਬੋਲੋ ਪੌਰ ਸਾਹਿਬ ਬੋਲੋ ਪੌਰ ਸਾਹਿਬ ਬੋਲੋ 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 ਫਟਾਫਟ ਬੋਲੋ ਪਲੀਜ਼ ਬੋਲੋ। ਅੰਤ ਦਰਦੀ ਆ ਆਪਣੀ ਗੱਲ ਸੁਣਾਉਣ ਦੇ ਲਈ ਕੋਈ ਬਰਗਾੜੀ ਬੈਠਾ ਤੇ ਕੋਈ ਬੈਠਾ ਚੰਡੀਗੜ੍ਹ ਬੈਠਾ, ਲੰਬੇ ਸਮੇਂ ਤੋਂ ਬੈਠੇ ਆ, ਤੇ ਕੀ ਆਪਾਂ ਉਹਨਾਂ ਦੀ ਸ਼੍ਰੋਮਣੀ ਕਮੇਟੀ ਕੀ ਮਦਦ ਕਰ ਰਹੀ ਹੈ? ਕਿਸੇ ਨੇ ਜਾ ਕੇ ਉਹਨਾਂ ਦੀ ਵਿਸਾਰ ਲਈ ਹੈ? ਤਿੰਨੇ ਪੈਨਲਿਸਟ ਬੈਠੇ ਸੀਗੇ, ਉਹਨਾਂ ਤੋਂ ਸੁਣਿਆ ਤੀਜੀ ਵਾਰ ਪ੍ਰਧਾਨ ਕੀ ਕਰੀਏ ਉਮੀਦ, ਸਾਡਾ ਸਵਾਲ ਇਹ ਸੀਗਾ ਤੇ ਮੁੱਦੇ ਦੇ ਵਿੱਚ ਇਹ ਸਵਾਲ ਵੱਡਾ ਹੋ ਗਿਆ ਕਿ ਉਮੀਦ ਉਦੋਂ ਵੱਡੀ ਹੋ ਜੂਗੀ ਜਦੋਂ ISGPC ਦੀਆਂ ਚੋਣਾਂ ਹੋਣਗੀਆਂ। ਚੋਣਾਂ ਹੋਏ ਨੂੰ ਬਹੁਤ ਸਾਲ ਹੋ ਗਏ ਅਤੇ ਉਹਨਾਂ ਚੋਣਾਂ ਦਾ ਇੰਤਜ਼ਾਰ ਕਰ ਰਿਹਾ ਕੀਤਾ ਜਾ ਰਿਹਾ। ਇਹ ਜਨਰਲ ਹਾਊਸ ਸੀਗਾ, ਜਨਰਲ ਇਜਲਾਸ ਸੀਗਾ, ਉਸ ਦੇ ਵਿੱਚ ਤੀਜੀ ਵਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਨੇ ਅਤੇ ਪ੍ਰਧਾਨ ਬਣਨ ਤੋਂ ਬਾਅਦ ਵਿਰੋਧੀ ਸੁਰਾਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਨੇ, ਪਰ ਵਿਰੋਧੀ ਧਿਰ ਵਜੋਂ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਵੋਟਾਂ ਸਿਰਫ 17 ਮਿਲੀਆਂ। ਇਸ ਕਰਕੇ ਉਹਦੇ ਮਤਲਬ ਬਹੁਤ ਸਾਰੇ ਕੱਢੇ ਜਾ ਸਕਦੇ ਨੇ। ਬਹੁਤ ਧੰਨਵਾਦ।